ਕੀ ਮਜਬੂਰੀ ਆਮ ਆਦਮੀ ਪਾਰਟੀ ਦੀ ਹੋ ਗਈ ਕਿ ਟਿਕਟਾਂ ਉਹਨਾਂ ਨੂੰ ਵੇਚਣੀਆਂ ਪਈਆਂ ਕਿ ਉਹਨਾਂ ਨੂੰ ਡਾਕਟਰ ਗਾਂਧੀ ਜਿਹੇ ਹੋਰ ਇਮਾਨਦਾਰ ਚਿਹਰੇ ਨਹੀਂ ਸੀ ਮਿਲ ਰਹੇ ਸਿਰੇ ਦਾ ਹਾਈ ਕਮਾਂਡ ਕਲਚਰ ਉਹ ਕਾਂਗਰਸ ਨੂੰ 100 ਸਾਲ ਲੱਗਿਆ ਕਹਿਣ ਵਿੱਚ ਕਿ ਇੰਦਰਾ ਇਜ਼ ਕਾਂਗਰਸ ਐਂਡ ਕਾਂਗਰਸੀਜ਼ ਇੰਦਰਾ ਬਾਦਪਾ ਨੂੰ 30 ਸਾਲ ਲੱਗੇ ਤੇ ਪੁੱਜਣ ਚ ਕਿ ਮੋਦੀ ਭਾਜਪਾ ਐਂਡ ਭਾਜਪਾਈ ਮੋਦੀ ਆਮ ਆਦਮੀ ਪਾਰਟੀ ਦਾ 2-3 ਸਾਲ ਜਿੱਥੇ ਪਹੁੰਚ ਗਏ ਕਿ ਕੇਜਰੀਵਾਲੀ ਆਪ ਐਂਡ ਆਪਿਸ ਕੇਜਰੀਵਾਲੀ ਹੁਣ ਦਿੱਲੀ ਸੀਐਮ ਨੇ ਅਰਵਿੰਦ ਕੇਜਰੀਵਾਲ ਪਾਰਟੀ ਸੁਪਰੀਮੋ ਨੇ ਉਹ ਬਣਨਾ ਚਾਹੁੰਦੇ ਸੀ ਤੁਸੀਂ ਪਾਰਟੀ ਦੇ ਵਿੱਚ ਵਿਚਰਿਓ ਕਿੰਨੀ ਸਚਾਈ ਇਹਨਾਂ ਦਾਅਵਿਆਂ ਦੇ ਵਿੱਚ ਹੋ ਸਕਦੀ ਤਾਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਕਈ ਰੋਲ ਵਾਸਤੇ ਜੇ ਇਨ ਆਲਰੇਡੀ ਲਾਂਚ ਕਰਨਾ ਆਏਗਾ ਭਾਰਤੀ ਲੈਵਲ ਤੇ ਲਾਂਚ ਕਰਨਾ ਆਏਗਾ ਲਾਈਕ ਪੂਰੇ ਸੂਰੇ ਸੂਬੇ ਦਾ ਮੁੱਖ ਮੰਤਰੀ ਬਣਦੀ ਉਹਦੀ ਲਾਲਸਾ ਜ਼ਰੂਰ ਰਹੀ ਹੋਊਗੀ ਜਿਸ ਕਰਕੇ ਸੋਚਾ ਸੀ ਛੋਟੇ ਪਰ ਡਾਕਟਰ ਦਲਜੀਤ ਸਿੰਘ ਡਾਕਟਰ ਕਾਂਦੀ ਸਭ ਨੂੰ ਖੁੱਟੇ ਲੈਣ ਲੜਨ ਨੂੰ ਬਿੱਤ ਦੱਸ ਤਾਂ ਡੋਟਿਆਂ ਤੇ ਲਗਾ ਦਿਓ ਇਸ ਤਰ੍ਹਾਂ ਦੇ ਨਸ਼ੇ ਤੇ ਲਗਾ ਦਿਓ ਇਹਦਾ ਕੀ ਤਰਕ ਹੈ ਉਹ ਇਹ ਫੀਮ ਵਾਲਾ ਬੰਦਾ ਪੁੱਕੀ ਵਾਲਾ ਬੰਦਾ ਉਹ ਆਪਣਾ ਕੰਮ ਮਾੜੀ ਪੁੱਕੀ ਦਾ ਕਾਰ ਲਾ ਕੇ ਉਹ ਲੰਬਾ ਪਾਲਦਾ ਕਹੀ ਪਾਲਦਾ ਆਪਣਾ ਕੰਮ ਕਰਦਾ ਜਿਹਦੇ ਇਹਦੇ ਉਲਟੇ ਸਿਹਤਿਲ ਸ਼ਰਾਬ ਹੈ ਜੋ ਸਰਕਾਰ ਆਪ ਵੇਚਦੀ ਹੈ ਠੇਕਿਆਂ ਦੇ ਉੱਤੇ ਉਹ ਬੜਾ ਘਾਤਕ ਨਸ਼ਾ ਹੈਗਾ ਹਜ਼ਾਰਾਂ ਲੋਕ ਸ਼ਰਾਬ ਨਾਲ ਹਰ ਸਾਲ ਮਰਦੇ ਜਾਗੇ ਜਿਗਰ ਖਰਾਬ ਹੋ ਕੇ ਕਿਸਾਨ ਮਾਰੂ ਬਿੱਲ ਲਿਆਂਦੇ ਗਏ ਉਸ ਤੋਂ ਬਾਅਦ ਸੰਘਰਸ਼ਕ ਕਿਸਾਨਾਂ ਦਾ ਜਿਹੜਾ ਹੋਇਆ ਉਸ ਦਾ ਜ਼ਿੰਮੇਵਾਰ ਕੌਣ ਕੇ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪੈ ਗਿਆ ਮੁਲਕ ਦੇ ਐਂ ਕਹ ਲੋ ਕਿ 85% ਲੋਕਾਂ ਨੂੰ ਕੱਲੇ ਕਿਸਾਨੀ ਨੂੰ ਨਹੀਂ 65 ਲੋਕਾਂ ਦੇ ਵਾਸਤੇ ਇੱਕ ਮਾੜੀਆਂ ਮਾੜੇ ਦਿਨ ਪੈਦਾ ਕਰਨ ਵਾਸਤੇ ਮਾੜੀਆਂ ਹਾਲਤਾ ਜੀਉਣ ਮਾੜੀਆਂ ਹਾਲਤਾ ਪੈਦਾ ਕਰਨ ਵਾਸਤੇ ਇਹ ਬਿੱਲ ਲਿਆਂਦੇ ਗਏ ਹੈਗੇ ਆ ਕਮ ਇੱਕ ਕਿਸਾਨ ਮੋਰਚਾ ਕਰ ਗਿਆ ਉਹ ਇਤਿਹਾਸਕ ਕੰਮ ਹੈ ਕਿਸ ਨੇ ਜੋ ਫਾਸ਼ੀਵਾਦੀ ਜੋ ਹਿੰਦੂ ਰਾਸ਼ਟਰ ਬਣਾਉਣ ਦੀ ਇੱਕ ਇੱਕ ਕਹਿੰਦਾ ਮੇਰੀ ਕਾਂਗਿਆਰੀ ਚੜੀ ਆ ਰਹੀ ਸੀ ਉਹਨੂੰ ਰੋਕ ਕੇ ਦਿਖਾਇਆ ਹੈਗਾ ਸਾਸੀ ਗਾਲ ਦੋਸਤੋ ਤੁਸੀਂ ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਹੋ ਮੈਂ ਸੰਸਾਰਦੀਪ ਅੱਜ ਅਸੀਂ ਮੌਜੂਦ ਹਾਂ ਜੀ ਇੱਕ ਐਸੀ ਸ਼ਖਸੀਅਤ ਦੇ ਕੋਲ ਜਿਨ੍ਹਾਂ ਨੇ ਇੱਕ ਕਾਮਯਾਬ ਡਾਕਟਰ ਹੁੰਦੇ ਹੋਏ ਲੋਕਾਂ ਦੀ ਸੇਵਾ ਕੀਤੀ ਦਿਨ-ਦੁਖੀਆਂ ਦੀ ਦਿਨ-ਰਾਤ ਜਿਹੜੀ ਸੇਵਾ ਕੀਤੀ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਵੀ ਜਿਹੜੇ ਆਪਣੇ ਕਾਮਯਾਬੀ ਦੇ ਝੰਡੇ ਆਪਣੀ ਇਮਾਨਦਾਰ ਸਿਆਸਤ ਦੇ ਨਾਲ ਗੱਡੇ ਤੇ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਾਡੇ ਨਾਲ ਮੌਜੂਦ ਨੇ ਡਾਕਟਰ ਧਰਮਵੀਰ ਗਾਂਧੀ ਜੀ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਚੱਲ ਰਹੇ ਦੇਸ਼ ਦੇ ਮੁੱਦਿਆਂ ਬਾਰੇ ਕਿਸਾਨੀ ਸੰਘਰਸ਼ ਬਾਰੇ ਤੇ ਜੋ ਹੋਰ ਹਾਲਾਤ ਦੇਸ਼ ਦੇ ਬਣਦੇ ਜਾ ਰਹੇ ਨੇ ਉਹਨਾਂ ਦੇ ਬਾਰੇ ਤੇ ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਕੁਝ ਨਾ ਕੁਝ ਵਿਚਾਰ ਚਰਚਾ ਜਿਹੜੀ ਕਰਾਂਗੇ ਆਓ ਜੀ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਸੱਚੀ ਗੱਲ ਸਰ ਸਵਾਗਤ ਹੈ ਜੀ ਬਹੁਤ ਧੰਨਵਾਦ ਸਰ ਸਾਧੇਵ ਜੀ ਤੁਹਾਡੇ ਵੱਲੋਂ ਜੋ ਆਪਣੇ ਉਦਮ ਕੀਤਾ ਜਾ ਰਿਹਾ ਹੈਗਾ ਲੋਕਾਂ ਤੱਕ ਜੋ ਸਿਆਸਤ ਲਿਜਾਣ ਦਾ ਲੋਕਾਂ ਨੂੰ ਜਿਹੜੀਆਂ ਜੋ ਸਮਾਜ ਵਰਤਾਰੇ ਹੈ ਉਹਨਾਂ ਬਾਰੇ ਜੋ ਉਹਨਾਂ ਦੀ ਕਾਬਲੀਅਤ ਜਾਂ ਉਹਨਾਂ ਦੀ ਲਿਆਕਤ ਜਾਂ ਉਹਦੇ ਵਿੱਚ ਨੌਲੇਜ ਵਾਧਾ ਕਰਨ ਦਾ ਤੇ ਮੇਰੇ ਵੱਲੋਂ ਤੁਹਾਡਾ ਬਹੁਤ ਧੰਨਵਾਦ ਤੇ ਸ਼ੁਕਰੀਆ ਤੇ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪ੍ਰਾਈਡ ਪੰਜਾਬ ਵਾਲੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਆਪਾਂ ਸ਼ੁਰੂਆਤ ਕਰੀਏ ਤੁਹਾਡੇ ਜੀਵਨ ਦੀ ਸ਼ੁਰੂਆਤ ਤੋਂ ਡਾਕਟਰੀ ਲਾਈਨ ਦੇ ਵਿੱਚ ਤੁਸੀਂ ਕਦੋਂ ਤੋਂ ਜਿਹੜੀ ਲੋਕਾਂ ਦੀ ਸੇਵਾ ਕਰ ਰਹੇ ਹੋ ਕਿਉਂਕਿ ਇਹ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਵੀ ਤੁਸੀਂ ਆਮ ਲੋਕਾਂ ਦੇ ਵਿੱਚ ਬਹੁਤ ਹਰਮਨ ਪਿਆਰੇ ਜਿਹੜੇ ਹੋ ਚੁੱਕੇ ਸੀ ਕਦੋਂ ਤੋਂ ਸ਼ੁਰੂਆਤ ਧਰਮਵੀਰ ਗਾਂਧੀ ਦੀ ਐਸਾ ਡਾਕਟਰ ਹੁੰਦੀ ਹੈ ਦੁਕੋ ਮੈਂ 77 ਤੋਂ 77 ਤੋਂ ਮੈਂ ਲੋਕਾਂ ਦੀ ਸੇਵਾ ਵਿੱਚ ਬਤੌਰ ਡਾਕਟਰ ਵੀ ਬਤੌਰ ਸਮਾਜਿਕ ਕਾਰਜਕਰਤਾ ਵੀ ਬਤੌਰ ਸਿਆਸੀ ਕਾਰਕੁਨ ਵੀ ਇਤਨੇ ਜਿਹੜੇ ਮੇਰੀ ਮਤਲਬ ਜਿੰਦਗੀ ਦੇ ਹਿੱਸੇ ਹੈਗੇ ਜਿੰਦਗੀ ਦੀਆਂ ਸਰਗਰਮੀਆਂ ਹੈਗੀਆਂ ਉਹਨਾਂ ਰਾਹੀਂ ਲੋਕਾਂ ਨੂੰ ਬਖਾਤਬ ਹੁੰਦਾ ਆ ਰਿਹਾ ਹੈਗਾ ਸਮੇਂ-ਸਮੇਂ ਸਰ ਜੋ ਡਾਕਟਰੀ ਸਮਾਵ ਦੇ ਨਾਲ-ਨਾਲ ਜੋ ਸਮਾਜਿਕ ਮੁੱਦੇ ਸਿਗੇ ਚਾਹੇ ਉਹ ਕੋਈ ਕਿਸੇ ਦਲਿਤ ਨਾਲ ਕੋ ਤੱਕੇ ਦਾ ਮੁੱਦਾ ਹੋਵੇ ਚਾਹੇ ਔਰਤਾਂ ਨਾਲ ਤੱਕੇ ਦਾ ਮੁੱਦਾ ਹੋਵੇ ਚਾਹੇ ਕਿਸੇ ਵਰਗਨਾਂ ਤੱਕੇ ਦਾ ਮੁੱਦਾ ਹੋਵੇ ਚਾਹੇ ਅੰਤਰਰਾਸ਼ਟਰੀ ਪੱਧਰ ਤੇ ਮੁਲਕਾਨਾ ਤੱਕੇ ਦਾ ਮੁੱਦਾ ਹੋਵੇ ਮੈਂ ਲਗਾਤਾਰ ਆਪਣੀ ਆਵਾਜ਼ ਆਪਣੀ ਸਮਰਥਨਤਾ ਨੂੰ ਉੱਚਾ ਕਰਦਾ ਆ ਰਿਹਾ ਹੈਗਾ ਤੇ ਅਲੱਗ-ਅਲੱਗ ਜਥੇਬੰਦੀਆਂ ਚ ਮੈਂ ਕੰਮ ਕਰਦੇ ਹੋਏ ਆਪਣਾ ਇਹ ਜਿਹੜਾ ਫਰਜ਼ ਹੈ ਇੱਕ ਮਨੁੱਖ ਦੇ ਨਾਤੇ ਡਾਕਟਰ ਨਾਤੇ ਵੀ ਤੇ ਇੱਕ ਇੱਕ 21ਵੀਂ ਸਦੀ ਦਾ ਰੋਸ਼ਨ ਜਿੰਨਾ ਕਿ ਰੋਸ਼ਨ ਦਿਮਾਗ ਹੋਇਆ ਮੇਰਾ ਉਹਦੇ ਆਧਾਰ ਤੇ ਆਪਣੀ ਇਹ ਪ੍ਰਤੀਕਿਰਿਆ ਹੈਗੀ ਆਪਣਾ ਇਹ ਕੰਮ ਹੈਗਾ ਉਹ ਮੈਂ ਲਗਾਤਾਰ ਕਰਦਾ ਆ ਰਿਹਾ ਜੀ ਸਰ ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਮੈਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਐਜਾ ਕਾਰਕੁਨ ਕੰਮ ਕਰਦਾ ਆ ਰਿਹਾ ਹਾਂ ਓਬਵੀਅਸ ਜਦੋਂ ਕੋਈ ਆਪਾਂ ਆਵਾਜ਼ ਬੁਲੰਦ ਕਰਦੇ ਹਾਂ ਤਾਂ ਮੁਸ਼ਕਲਾਂ ਵੀ ਬਹੁਤ ਸਾਹਮਣੇ ਆਉਂਦੀਆਂ ਨੇ ਫਿਰ ਪਰਿਵਾਰ ਨੂੰ ਚਿੰਤਾ ਹੋ ਜਾਂਦੀ ਕਿ ਕਿਤੇ ਤੁਹਾਡੀ ਜਾਨ ਤੇ ਕੋਈ ਖਤਰਾ ਨਾ ਹੋ ਜੇ ਫਿਰ ਪਰਿਵਾਰ ਨੇ ਨਹੀਂ ਰੋਕਿਆ ਕਿ ਤੁਸੀਂ ਇਸ ਲਾਈਨ ਦੇ ਵਿੱਚ ਨਾ ਜਾਓ ਤੁਹਾਨੂੰ ਲਗਾਤਾਰ ਧਮਕੀਆਂ ਜਿਹੜੀਆਂ ਨੇ ਮਿਲ ਰਹੀਆਂ ਨੇ ਕੁਝ ਤੁਹਾਡਾ ਨੁਕਸਾਨ ਹੋ ਸਕਦਾ ਹੈ ਦੇਖੋ ਪਹਿਲਾਂ ਮੇਰੇ ਮਾਪੇ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈਗੀ ਹੈ 70ਵਿਆਂ ਦੇ ਅੱਧ ਤੱਕ ਐਮਰਜੈਂਸੀ ਜਦੋਂ ਮੈਂ ਜੀ ਹੋਇਆ ਮੈਨੂੰ ਮੈਨੂੰ ਪੁਲਿਸ ਫੜ ਕੇ ਲੈ ਗਈ ਤੇ ਪਿਤਾ ਜੀ ਮੇਰੇ ਬਜ਼ੁਰਗ ਸੀਗੇ ਉਹ ਬੜੀ ਮੁਸ਼ਕਲ ਨਾਲ ਬਰਸਰ ਪੁੱਜੇ ਮੈਂ ਡਾਕਟਰੀ ਚ ਅੰਬਰਸਾ ਕੋਰਸ ਕਰਦਾ ਪਿਆ ਸੀ ਡਾਕਟਰੀ ਦਾ ਤੇ ਉਦੋਂ ਤੋਂ ਬਾਅਦ ਪਿਤਾ ਜੀ ਕਾਫੀ ਦਰਦ ਮੇਰੇ ਨਾਲ ਨਾਰਾਜ਼ ਰਹੇ ਹੈਗੇ ਪਰ ਮੇਰੇ ਜਿਹੜੇ ਬਾਕੀ ਜਿਹੜੀ ਡਾਕਟਰੀ ਦਾ ਜੋ ਅਭਿਆਸ ਸੀਗਾ ਜੋ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਸੀਗਾ ਉਹ ਚੋ ਜੋ ਉਹਨਾਂ ਨੂੰ ਲੋਕਾਂ ਵੱਲੋਂ ਚੰਗੀਆਂ ਸਨੇਹੇ ਮਿਲ ਰਹੇ ਸੀਗੇ ਜਾਂ ਚੰਗੀਆਂ ਸਨੇਹੇ ਆ ਰਹੇ ਸੀਗੇ ਉਹਨਾਂ ਤੋਂ ਖੁਸ਼ ਵੀ ਸੀਗੇ ਕਿ ਟਕ ਟਕ ਮੇਰਾ ਮੁੰਡਾ ਮੇਰਾ ਬੱਚਾ ਜਿਹੜਾ ਹੈਗਾ ਆ ਉਹ ਸਮਾਜ ਦੀ ਸੇਵਾ ਕਰ ਰਿਹਾ ਠੀਕ ਹੈ ਉਹਦੇ ਸੀ ਵਿਚਾਰ ਵੱਖਰੇ ਹੈਗੇ ਆ ਉਹਨਾਂ ਵਾਸਤੇ ਪਰ ਜਿਹੜੇ ਵਿਚਾਰ ਵੀ ਹੈਗੇ ਆ ਉਹਨਾਂ ਨੂੰ ਸਮਝ ਆ ਗਈ ਕਿ ਇਹ ਵਿਚਾਰ ਸਮਾਜ ਨੂੰ ਸਨੱਖਾ ਸਮਾਜ ਸਿਰਜਣ ਵਾਸਤੇ ਇੱਕ ਤੰਦਰੁਸਤ ਸਮਾਜ ਸਿਰਜਣ ਵਾਸਤੇ ਇੱਕ ਬਰਾਬਰੀ ਵਾਲਾ ਸਮਾਜ ਸਿਰਜਣ ਵਾਸਤੇ ਜੋ ਜਥੇਬੰਦੀਆਂੇ ਕੰਮ ਕਰਦਾ ਹੈਗਾ ਜਾਂ ਮਜ਼ਦੂਰਾਂ ਚ ਕੰਮ ਕਰਦਾ ਹੈਗਾ ਜਾਂ ਇਹ ਆਪਣੇ ਬੁੱਧੀਜੀਵੀਆਂ ਚ ਕੰਮ ਕਰਦਾ ਹੈਗਾ ਇਹ ਚੰਗਾ ਕੰਮ ਹੈ ਮਾੜਾ ਕੰਮ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਮੇਰਾ ਸਾਥ ਦਿੱਤਾ ਹੈਗਾ ਦੋਸਤੋਆ ਮੇਰਾ ਵਿਆਹ ਹੋਇਆ ਤਾਂ ਮੇਰਾ ਵਿਆਹ ਹੋਇਆ ਹੀ ਸ਼ਰਤੇ ਸੀਗਾ ਕਿ ਸਾਡੀ ਮੇਰੀ ਜੋ ਜੀਵਨ ਸਾਥਣ ਸੀਗੇ ਉਹਨਾਂ ਨੇ ਮੈਂ ਪਹਿਲੇ ਹੀ ਗੱਲ ਕਰ ਲਈ ਸੀ ਕਿ ਮੇਰੀ ਜ਼ਿੰਦਗੀ ਦੇ ਦੋ ਹਿੱਸੇ ਇੱਕ ਮ ਇਸ ਆਏਗਾ ਇੱਕ ਮੇਰਾ ਸਮਾਜਿਕ ਕਾਰਜਕਰਤਾ ਦੇ ਤੌਰ ਤੇ ਜਾਂ ਸਿਆਸੀ ਕਾਰਕੁੰਨ ਦੇ ਤੌਰ ਤੇ ਹੈਗਾ ਤੇ ਉਹਨਾਂ ਨੇ ਵੀ ਇਸ ਗੱਲ ਦੀ ਸਹਿਮਤੀ ਦਿੱਤੀ ਤੇ ਹੁਣ ਤੱਕ ਸਾਡੀ ਜਿਹੜੀ 40 42 45 ਸਾਲ ਦੀ ਵਿਆਹ ਤਾਂ ਜ਼ਿੰਦਗੀ ਹੈਗੀ ਹੈ ਉਹਦੇ ਚ ਉਹਨਾਂ ਨੇ ਮੈਨੂੰ ਹਮੇਸ਼ਾ ਮੇਰਾ ਔਖੇ ਸਮਿਆਂ ਚ ਵੀ ਧਮਕੀ ਭਰਿਆ ਸਮਿਆਂ ਚ ਵੀ ਮਜ਼ਦੂਰਾਂ ਜਿਹੜਨ ਸਮੇਂ ਵੀ ਤੇ ਉਸ ਤੋਂ ਬਾਅਦ ਲਗਾਤਾਰ ਕਿਸੇ ਨਾ ਕਿਸੇ ਮਸਲੇ ਦੇ ਸੰਘਰਸ਼ ਕਰਨ ਸਮੇਂ ਵੀ ਉਹਨਾਂ ਨੇ ਮੇਰਾ ਲਗਾਤਾਰ ਸਾਥ ਦਿੱਤਾ ਜੀ ਤੁਸੀਂ ਸਰ ਇੱਕ ਕਾਮਯਾਬ ਡਾਕਟਰ ਸੀ ਲੋਕਾਂ ਦੇ ਵਿੱਚ ਹਰਮਨ ਪਿਆਰੇ ਸੀਗੇ ਫਿਰ ਇੱਕਦਮ ਡਾਕਟਰ ਗਾਂਧੀ ਨੇ ਸਿਆਸਤ ਦੇ ਵਿੱਚ ਆਉਣ ਬਾਰੇ ਕਿਸ ਤਰ੍ਹਾਂ ਵਿਚਾਰ ਕੀਤਾ ਤੁਸੀਂ ਮੈਂਬਰ ਪਾਰਲੀਮੈਂਟ ਵੀ ਭਾਰੀ ਗਿਣਤੀ ਤੋਂ ਵੋਟਾਂ ਨਾਲ ਜਿੱਤ ਕੇ ਜਿਹੜੇ ਚੁਣੇ ਗਏ ਸੀ ਦੇਖੋ ਇੱਕਦਮ ਤਾਂ ਕੋਈ ਨਹੀਂ ਕੀਤਾ ਹੈਗਾ ਆ ਅਸਲ 'ਚ ਹਰ ਬੰਦੇ ਸਿਆਸਤ ਹੁੰਦੀ ਹੈ ਕਿਸੇ 'ਚ ਜਾਹਰ ਰੂਪ ਕਿਸੇ 'ਚ ਲੁਕਮੀ ਕਿਸੇ 'ਚ ਤੇਜੀ ਵਾਲੀ ਕਿਸੇ ਮੱਠੀ ਹੁੰਦੀ ਹੈਗੀ ਹੈ ਕੋਈ ਬੰਦਾ ਸਿਆਸਤ ਤੋਂ ਮੁਕਤ ਨਹੀਂ ਕਿਉਂਕਿ ਸਿਆਸ ਸਾਡੇ ਜ਼ਿੰਦਗੀ ਦੇ ਹਰ ਖੇਤਰ ਨੂੰ ਤੁਹਾਡੇ ਜੰਮਣ ਨੂੰ ਤੁਹਾਡੇ ਮਰਨ ਨੂੰ ਤੁਹਾਡੀ ਵਿਦਿਆ ਨੂੰ ਤੁਹਾਡੀ ਸਿਹਤ ਨੂੰ ਤੁਹਾਡੇ ਰੋਜ਼ਗਾਰ ਨੂੰ ਗੱਲ ਕਿ ਜ਼ਿੰਦਗੀ ਦੇ ਹਰ ਖੇਤਰ ਨੂੰ ਸਿਆਸਤ ਪ੍ਰਭਾਵਿਤ ਕਰਦੀ ਹੈ ਕੋਈ ਨ ਪ੍ਰਭਾਵਿਤ ਕਰਦੀ ਨਿਰਧਾਰਤ ਵੀ ਕਰਦੀ ਹੈਗੀ ਹੈ ਸੋ ਇਸ ਕਰਕੇ ਮੈਂ ਕਦੀ ਵੀ ਸਿਆਸਤੋਂ ਮੈਂ ਮੁਕਤ ਨਹੀਂ ਸਗਾ ਕੋਈ ਬੰਦਾ ਵੀ ਸਿਆਸਤ ਤੋਂ ਮੁਕਤ ਕਦੀ ਵੀ ਨਹੀਂ ਹੁੰਦਾ ਕਿਸੇ ਨਾ ਕਿਸੇ ਸਿਆਸ ਦਾ ਅਚੇਵ ਚੇਤ ਰੂਪ ਚ ਉਹ ਪੱਖਪੂਰ ਰਿਹਾ ਹੁੰਦਾ ਜੇ ਲੋਕ ਇਹ ਕਹਿੰਦਾ ਕਿ ਮੈਨੂੰ ਮੈਂ ਸਿਆਸਤ ਤੋਂ ਕੀ ਲੈਣਾ ਹੈਗਾ ਉਹ ਵੀ ਅਸਲ 'ਚ ਗੈਰ ਸਿਆਸੀ ਨਹੀਂ ਹੁੰਦਾ ਦੁਨੀਆ 'ਚ ਕੋਈ ਚੀ ਗੈਰ ਸਿਆਸੀ ਹੈ ਨਹੀਂ ਸੋ ਮੈਂ ਵੀ ਗੈਰ ਸਿਆਸੀ ਸ਼ੁਰੂ ਤੋਂ ਨਹੀਂ ਸੀਗਾ ਇਹ ਕਲ ਠੀਕ ਹੈ ਕਿ ਜਿਹੜੀ ਪਾਰਲੀਮੈਂਟੀ ਸਿਆਸਤ ਹੈ ਜਿਹੜੀ ਆ ਇਲੈਕਟੋਰਲ ਪੋਲਿਟਿਕਸ ਹੈ ਇਹਦੇ 'ਚ ਮੈਂ ਪਹਿਲੀ ਵਾਰ 2014 ਇਲੈਕਸ਼ਨ 'ਚ ਸਾਹਮਣੇ ਆਇਆ ਹੈਗਾ ਉਹ ਵੀ ਤਾਂ ਆ ਕਿ ਐਂ ਲੱਗਦਾ ਸੀ ਕਿ ਹਿੰਦੁਸਤਾਨ 'ਚ ਇੱਕ ਨਵੀਂ ਇੱਕ ਸਿਆਸਤ ਦਾ ਉਹਦਾ ਹੋ ਰਿਹਾ ਹੈਗਾ ਇੱਕ ਨਵਾਂ ਸੂਰਜ ਉੱਗ ਰਿਹਾ ਹੈ ਉੱਗ ਰਿਹਾ ਹੈ ਭਾਰਤੀ ਸਿਆਸਤ ਵਿੱਚ ਇਮਾਨਦਾਰ ਸਿਆਸਤ ਦਾ ਪਾਰਦਰਸ਼ੀ ਸਿਆਸਤ ਦਾ ਜਵਾਬਦੇਹ ਸਿਆਸਤ ਫੈਡਰਲ ਸਿਆਸਤ ਦਾ ਤਾਂ ਉਸ ਕਰਕੇ ਮੈਨੂੰ ਮੈਨੂੰ ਨਹੀਂ ਇਕੱਲੇ ਨੂੰ ਲੱਖਾਂ ਲੋਕਾਂ ਨੂੰ ਯੂਥ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਵਿਦੇਸ਼ੀਆਂ ਨੂੰ ਵਿਦੇਸ਼ੀਆਂ ਨੂੰ ਰੱਖਿਆਲ ਤੋਂ ਲੈ ਕੇ ਜਹਾਜ਼ਾਂ ਦੇ ਤੱਕ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਦੇਸੀ ਤੋਂ ਲੈ ਕੇ ਵਿਦੇਸ਼ੀਆਂ ਤੱਕ ਦਲਤਾਂ ਤੋਂ ਲੈ ਕੇ ਸਵਰਨ ਜਾਤਾਂ ਤੱਕ ਕੋਈ ਸਮਾਜ ਦਾ ਵਰਗ ਨਹੀਂ ਸੀ ਬਚਿਆ ਜਿਸ ਕੋਲ ਅੰਦਰ ਕੁਝ ਹੁਣ ਸੀਗੀ ਕਿ ਕਿਸਮਾਜ ਕੋਈ ਚੰਗਾ ਹੋਵੇ ਸੋਣਾ ਸਨੱਖਾ ਸਮਾਜ ਬਣੇ ਸਾਡਾ ਉਹਨਾਂ ਨੇ ਸਭ ਨੇ ਇਸ ਲਹਿਰ ਵਿੱਚ ਆ ਕੇ ਅੰਨਾ ਜਾਰੀ ਲਹਿਰ ਚਾ ਕੇ ਇਹਦਾ ਸਾਥ ਵੀ ਦਿੱਤਾ ਤੇ ਉਸ ਤੋਂ ਬਾਅਦ ਮੈਂ ਅਜੇ ਲੋਕਲ ਵੀ ਅਸੀਂ ਕੋਸ਼ਿਸ਼ਾਂ ਕੀਤੀਆਂ ਕਿ ਇਸ ਲਹਿਰ ਨੂੰ ਬਲ ਵਖਸ਼ਿਆ ਜਾਵੇ ਤੇ ਅਸੀਂ ਇੱਕ ਇੱਕ ਮਹੀਨਾ ਲਗਾਤਾਰ ਪਟਿਆਲੇ ਵਿੱਚ ਹਜ਼ਾਰਾਂ ਸੈਂਕੜੇ ਰੈਲੀਆਂ ਕਰਕੇ ਮਹਿਲ ਘੇਰ ਕੇ ਸਾਰਾ ਕੁਝ ਅਸੀਂ ਇਸ ਸਿਆਸ ਨੂੰ ਦੇਖ ਦੇ ਹੈਗੇ ਉਸ ਤੋਂ ਬਾਅਦ ਸਿਆਸਤ ਚ ਪਾਰਟੀ ਨਿਕਲਦੀ ਹੈਗੀ ਹੈ ਜਿਹੜੀ ਦੇਖਣ ਨੂੰ ਇਹ ਲੱਗਦਾ ਸੀ ਕਿ ਇਹ ਨਵੀਂ ਸਿਆਸ ਦੀ ਪ੍ਰਤੀਕ ਹੋਗੀ ਪਰ ਹੌਲੀ ਹੌਲੀ ਜਦੋਂ ਉਸ ਪਾਰਟੀ ਵਿੱਚ ਵੀ ਉਹੀ ਹਾਈ ਕਮਾਂਡ ਕਲਚਰ ਉਹੀ ਮਤਲਬ ਜਿਹੜੀ ਕੇਂਦਰੀਵਾਦੀ ਸਿਆਸਤ ਉਹੀ ਮਤਲਬ ਜਿਹੜੀ ਹੈ ਬਈ ਕ੍ਰਾਪਟ ਸਿਆਸਤ ਚਾਹੇ ਟਿਕਟਾਂ ਵਿੱਚ ਦਾ ਮਾਮਲਾ ਹੋਵੇ ਚਾਹੇ ਉਹ ਅਲੱਗ-ਅਲੱਗ ਪਾਰਟੀਆਂ ਪ੍ਰੈਸ਼ਲੀ ਤੋਂ ਟਿਕਟਾਂ ਦੇਣ ਦਾ ਮਾਮਲਾ ਹੋਵੇ ਚਾਹੇ ਆਪਣੇ ਵਲੰਟੀਅਰਾਂ ਨੂੰ ਅਣਗੌਲੀਆਂ ਕਰਨ ਦਾ ਮਾਮਲਾ ਹੋਵੇ ਉਹੀ ਸਿਆਸ ਦਾ ਜਿਹੜਾ ਰੂਪ ਸੀਗਾ ਇੱਧਰ ਵੀ ਦੇਖਣ ਨੂੰ ਮਿਲਿਆ ਤਾਂ ਮੈਂ ਆਮਾ ਦੀ ਪਾਰਟੀ ਤੋਂ ਮੇਰੀ ਬੇਰੁਖਤਾ ਬੇਰੁਕੀ ਹੋ ਗਈ ਹੈਗੀ ਹੈ ਉ ਮਬਦਾਰ ਉਹਦੇ ਮੈਂ ਉਹਦਾ ਬਗਾਵੂ ਦੇ ਵਿਰੋਧ ਕੀਤਾ ਉਹਨਾਂ ਨੇ ਮੈਨੂੰ ਪਾਰਟੀ ਤੋਂ ਸਸਪੈਂਡ ਰੱਖਿਆ ਹੈਗਾ ਤੇ ਉਸਤੋਂ ਬਾਅਦ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਲੋਕਾਂ ਦਾ ਡਾਕਟਰ ਗਾਂਧੀ ਐਮਪੀ ਬਣਨ ਤੋਂ ਪਹਿਲਾਂ ਵੀ ਸੀਗਾ ਐਮਪੀ ਬਣਨ ਦੌਰਾਨ ਵੀ ਸੀਗਾ ਤੇ ਐਮਪੀ ਬਣਨ ਤੋਂ ਬਾਅਦ ਵੀ ਜਿਹੜੀ ਮੇਰੀ ਸਮਾਜਿਕ ਪ੍ਰਸੰਗਿਕਤਾ ਹੈਗੀ ਹੈ ਸੋਸ਼ਲ ਰੈਲੇਵੈਂਸ ਹੈ ਨਾ ਉਹ ਪਹਿਲਾਂ ਘੱਟ ਸੀਗੀ ਮੈਂ ਲੋਕਾਂ ਨੂੰ ਲੋਕ ਮੈਨੂੰ ਪਿਆਰ ਕਰਦੇ ਸੀਗੇ ਐਮਪੀ ਦੌਰਾਨ ਵੀ ਉਹੀ ਰਹੀ ਹੈ ਤੇ ਐਮਪੀ ਜੇ ਮੈਂ ਨਹੀਂ ਅੱਜ ਹੈ ਐਮਪੀ ਹੈਗਾ ਤਾਂ ਵੀ ਮੇਰੀ ਸਮਾਜਿਕ ਪ੍ਰਸੰਗਿਕਤਾ ਉਹ ਜਿਉਂਦੀ ਤੋਂ ਬਰਕਰਾਰ ਹੈਗੀ ਹੈ ਸਰ ਤੁਸੀਂ ਕਿਹਾ ਕਿ ਉਹੀ ਕੁਝ ਸੀਗਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਟਿਕਟਾਂ ਵੇਚੀਆਂ ਗਈਆਂ ਹੋ ਥੋੜੇ ਤੋਂ ਇਲਾਵਾ ਵੀ ਹੋਰ ਜਿਹੜੇ ਲੀਡਰ ਸੀਗੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵੀ ਦੋਸ਼ ਲਗਾਇਆ ਕੀ ਮਜਬੂਰੀ ਆਮ ਆਦਮੀ ਪਾਰਟੀ ਦੀ ਹੋ ਗਈ ਕਿ ਟਿਕਟਾਂ ਉਹਨਾਂ ਨੂੰ ਵੇਚਣੀਆਂ ਪਈਆਂ ਕਿ ਉਹਨਾਂ ਨੂੰ ਡਾਕਟਰ ਗਾਂਧੀ ਜਿਹੇ ਹੋਰ ਇਮਾਨਦਾਰ ਚਿਹਰੇ ਨਹੀਂ ਸੀ ਮਿਲ ਰਹੇ ਨਹੀਂ ਦੇਖੋ ਗੱਲ ਮੇਰੀ ਗੱਲ ਨਹੀਂ ਹੈਗੀ ਆ ਆਪਾਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਮਤਲਬ ਇੱਕ ਹਾਈ ਕਮਾਂਡ ਕਲਚਰ ਸਿਰੇ ਦਾ ਹਾਈ ਕਮਾਂਡ ਕਲਚਰ ਦੇਖੋ ਕਾਂਗਰਸ ਨੂੰ 100 ਸਾਲ ਲੱਗਿਆ ਇਹ ਕਹਿਣ ਵਿੱਚ ਕਿ ਇੰਦਰਾ ਇਸ ਕਾਂਗਰਸ ਐਂਡ ਕਾਂਗਰਸੀਜ਼ ਇੰਦਰਾ ਹਾਂਜੀ ਭਾਜਪਾ ਨੂੰ 30 ਸਾਲ ਲੱਗੇ ਇੱਥੇ ਪੁੱਜਣ ਚ ਕਿ ਮੋਦੀ ਭਾਜਪਾ ਐਂਡ ਭਾਜਪਾਈ ਜੀ ਮੋਦੀ ਆਮਦੀ ਪਾਰਟੀ ਦਾ 2-3 ਸਾਲ ਜਿੱਥੇ ਪਹੁੰਚ ਗਏ ਕਿ ਕੇਜਰੀਵਾਲ ਇਸ ਆਪ ਐਂਡ ਆਪਿਸ ਕੇਜਰੀਵਾਲ ਸੋ ਜਿੰਨੀ ਵੀ ਜਿਹੜੀ ਦੂਜੀ ਲੀਡਰਸ਼ਿਪ ਸੀਗੀ ਉਹਨਾਂ ਦਾ ਦਵੈਲ ਬਣਾਇਆ ਗਿਆ ਜਾਂ ਉਹਨੂੰ ਕੰਡਮ ਕੀਤਾ ਗਿਆ ਚਾਹੇ ਡਾਕਟਰ ਗਾਂਧੀ ਹੋਵੇ ਚਾਹੇ ਸੁੱਚਾ ਸਿੰਘ ਛੋਟੇ ਪਰ ਹੋਣ ਚਾਹੇ ਸੁਖਪਾਲ ਖੈਰਾ ਹੋਵੇ ਚਾਹੇ ਡਾਕਟਰ ਦਿਲਜੀਤ ਸਿੰਘ ਹੋਣ ਚਾਹੇ ਪੰਜਾਬ ਚ ਹੋਰ ਅਨੇਕਾਂ ਜਿਹੜੇ ਖਾਲਸਾ ਜੀ ਹੋਣ ਹੋਰ ਪੰਜਾਬ ਦੀ ਨੌਜਵਾਨ ਲੀਡਰ ਸੀਗੇ ਜਿਹੜੇ ਕਾਬਲ ਲੀਡਰ ਸੀਗੇ ਪੰਜਾਬੀਅਤ ਨੂੰ ਪੰਜਾਬ ਨੂੰ ਸਮਝਦੇ ਸੀਗੇ ਪੰਜਾਬ ਚ ਇੱਕ ਸੁਥਰੀ ਸਿਆਸਤ ਦਾ ਉਹ ਬਿੰਬ ਸੀਗੇ ਜਾਂ ਉਹਨੂੰ ਅੱਗੇ ਲੈ ਕੇ ਤੋਰ ਸਕਦੇ ਸੀਗੇ ਸਭ ਤੋਂ ਬਾਰੀ ਬਾਰੀ ਜਲੀਲ ਕਰਕੇ ਇਹਨਾਂ ਨੇ ਪਾਸੇ ਕੀਤਾ ਹੈਗਾ ਤਾਂ ਜੋ ਜਿਹੜੀ ਕੇਂਦਰ ਦਾ ਜਿਹੜਾ ਜੱਫਾ ਹੈਗਾ ਯਾ ਜੋ ਉਹਦੀ ਜੋ ਉਹਦੀ ਜਕੜ ਹੈਗੀ ਹੈ ਉਹਨੂੰ ਕਾਇਮ ਰੱਖਿਆ ਜਾਵੇ ਔਰ ਆਪਣੀ ਮਰਜ਼ੀ ਨਾਲ ਪੰਜਾਬ ਦੀ ਸਿਆਸਤ ਚਲਾਈ ਜਾਵੇ ਜਦਕਿ ਰਾਜਾਂ ਦੀ ਸਿਆਸੀ ਵਿਸਾਤ ਵਿਸ਼ਾਨ ਦਾ ਅਧਿਕਾਰ ਉਸ ਰਾਜ ਦੀ ਲੀਡਰਸ਼ਿਪ ਕੋਲ ਹੁੰਦਾ ਚਾਹੀਦਾ ਜਿੱਦਾਂ ਕਿ ਕੇਂਦਰੀ ਲੀਡਰਸ਼ਿਪ ਕੋਲ ਜਿਵੇਂ ਕਾਂਗਰਸ ਹੈਗਾ ਜਿਵੇਂ ਭਾਜਪਾ ਹੈ ਜਿਵੇਂ ਅਕਾਲੀਆਂ ਹੈ ਜਿਗਾ ਇਹ ਬਿਲਕੁਲ ਲੋਕਲ ਲੀਡਰਸ਼ਿਪ ਦਾ ਅਧਿਕਾਰ ਲੋਕਲ ਜਿਹੜੀ ਰਾਜਾਂ ਰਾਜਾਂ ਦੀ ਜਿਹੜੀ ਜਿਹੜੀ ਇੱਕ ਪ੍ਰਭੂ ਸੱਤਾ ਹੈਗੀ ਹੈ ਜੋ ਆਟੋਨੋਮੀ ਹੈਗੀ ਹੈ ਸਿਆਸਤ ਦੀ ਉਹ ਮਿਲਣੀ ਚਾਹੀਦੀ ਹੈਗੀ ਹੈ ਤਾਂ ਕਿ ਰਾਜ ਦੇ ਲੋਕ ਆਪਣੀ ਕਿਸਮ ਦਾ ਫੈਸਲਾ ਆਪਣੀ ਇੱਛਾਮਤਾਪ ਕਰ ਸਕਣ ਨਾ ਕੋਈ ਸੈਂਟਰ ਵੱਲੋਂ ਥੋਪੇ ਹੋਏ ਨਮਾਇਦੇ ਮਿਸਾਲ ਦੇ ਤੌਰ ਤੇ ਪੰਜਾਬ ਦੇ ਕਾਂਗਰਸ ਦਾ ਮੁਖ ਕੋਣ ਹੋਵੇ ਉਹ ਕਾਂਗਰਸ ਦੇ ਪੰਜਾਬ ਦੇ ਕਾਂਗਰਸੀ ਤੈ ਨਹੀਂ ਕਰ ਸਕਦੇ ਉਹ 10 ਜਨਪਦ ਦਿੱਲੀ ਤੈ ਕਰਦੀ ਹੈ ਕਾਲੀਆਂ ਚੋ ਪਟਿਆਲੇ ਦਾ ਮੇਅਰ ਕਿ ਨਾ ਬਣਨਾ ਹੈਗਾ ਉਹ ਬਾਦਲ ਦੀ ਢੋਲ ਦੀ ਮਟਕੀ ਤੱਕ ਤੈਅ ਕਰਦੀ ਹੈਗੀ ਸੋ ਪਟਿਆਲੇ ਦੇ ਜਿਹੜੇ ਕੌਂਸਲਰ ਹੈ ਉਹ ਨਹੀਂ ਤੈਅ ਕਰ ਸਕਦੇ ਸੋ ਇਹ ਹਾਈ ਕਮਾਂਡ ਕਲਚਰ ਸਿਗਾ ਇਹ ਤੋਂ ਮੁਕਤੀ ਚਾਹੀਦੀ ਸੀਗੀ ਆਮ ਆਦੀ ਪਾਰਟੀ ਨੇ ਉਹੀ ਹਾਈ ਕਮਾਂਡ ਕਲਚਰ ਪੈਦਾ ਕੀਤਾ ਸਰ ਤੁਸੀਂ 2017 ਦੀ ਆਪਾਂ ਗੱਲ ਕਰੀਏ ਚਲੋ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਉਸ ਟਾਈਮ ਨਹੀਂ ਸੀਗੇ ਸਸਪੈਂਡ ਚੱਲ ਰਹੇ ਸੀ ਗੱਲਾਂ ਨਿਕਲ ਕੇ ਇਲੈਕਸ਼ਨ ਦੇ ਵਿੱਚ ਇਹ ਵੀ ਸਾਹਮਣੇ ਆਈਆਂ ਕਿ ਪੰਜਾਬ ਦੇ ਸੀਐਮ ਜੋ ਹੁਣ ਦਿੱਲੀ ਸੀਐਮ ਨੇ ਅਰਵਿੰਦ ਕੇਜਰੀਵਾਲ ਪਾਰਟੀ ਸੁਪਰੀਮੋ ਨੇ ਉਹ ਬਣਨਾ ਚਾਹੁੰਦੇ ਸੀ ਤੁਸੀਂ ਪਾਰਟੀ ਦੇ ਵਿੱਚ ਵਿਚਰ ਰਹੇ ਹੋ ਕਿੰਨੀ ਸਚਾਈ ਹੈ ਨਾ ਦਾਵਿਆਂ ਦੇ ਵਿੱਚ ਹੋ ਸਕਦੀ ਹੈ ਦੇਖੋ ਪੱਕੇ ਨਾਲ ਤਾਂ ਕਹਿਣਾ ਬਹੁਤ ਮੁਸ਼ਕਲ ਹੈਗਾ ਪਰ ਜਿਸ ਤਰ੍ਹਾਂ ਮਤਲਬ ਪੰਜਾਬ ਦੀ ਲੀਡਰਸ਼ਿਪ ਨੂੰ ਇੱਕ ਤੋਂ ਬਾਅਦ ਦੂਜੇ ਨੂੰ ਇੱਕ ਤੋਂ ਬਾਅਦ ਦੂਜੇ ਨੂੰ ਬਦੂ ਬਣਾ ਕੇ ਕੰਡਮ ਕੀਤਾ ਗਿਆ ਔਰ ਇਸ ਦਾ ਇੰਨਾ ਇੰਨਾ ਦਾ ਖੇਡ ਲਿਆ ਪਤਾ ਹੀ ਸਭ ਨੂੰ ਕਿ ਇਸ ਸਟੇਜ ਤੇ ਸੋਚਾ ਸਿੰਘ ਛੋਟੇਪਨ ਨੂੰ ਸਭ ਨੂੰ ਝੂਠੇ ਇਲਜ਼ਾਮ ਲਾ ਕੇ ਪਾਰਟੀ ਵਿੱਚ ਕਢਣਾ ਪਾਰਟੀ ਵਾਸਤੇ ਕਿੰਨਾ ਘਾਤਕ ਹੈ ਇਹ ਪਤਾ ਹੋਣ ਦੇ ਬਾਵਜੂਦ ਜੇ ਕੋਈ ਮਜਬੂਰੀ ਰਹੀ ਹੈਗੀ ਇੱਕ ਪਾਰਟੀ ਦੀ ਕਿ ਉਹਨੂੰ ਕੰਡਮ ਕਰਕੇ ਪਾਰਟੀ ਚਾਹੇ ਪੱਠਾ ਬਹਿ ਜਾਵੇ ਪਰ ਇਹ ਕਦਮ ਜ਼ਰੂਰ ਚੁੱਕਣਾ ਹੈਗਾ ਤਾਂ ਲਾਜ਼ਮੀ ਤੌਰ ਤੇ ਸ਼ੰਕੇ ਪੈਦਾ ਹੁੰਦੇ ਆ ਕਿ ਸੱਚਮੁੱਚ ਹੀ ਜਿਵੇਂ ਬਾਦ ਕੁਮਾਰ ਵਿਸ਼ਵਾਸ ਹੁਣੀ ਕਿਹਾ ਇੱਕ ਵੀਡੀਓ ਵਿੱਚ ਕਿ ਮੈਨੂੰ ਕੇਜਰੀਵਾਲ ਨੇ ਖੁਦ ਕਿਹਾ ਹੈਗਾ ਕਿ ਤੂੰ ਪ੍ਰਵਾਹ ਮਤ ਕਰ ਤੂੰ ਮੇਰੀ ਸੈਰਮਨੀ 'ਤੇ ਆ ਜਾਣਾ ਮੁੱਖ ਮੰਤਰੀ ਜੋ ਪਦ ਸ਼ਪਤ ਗ੍ਰਹਿਣ ਕਰੂੰਗਾ ਤਾਂ ਇਹ ਤਾਂ ਸਾਬਤ ਹੁੰਦਾ ਕਿ ਇੱਕ ਮੁੱਖ ਮੰਤਰੀ ਦੀ ਦਿੱਲੀ ਦੇ ਮੁੱਖ ਮੰਤਰੀ ਖੁਦ ਪੰਜਾਬ ਦਾ ਜਿਹੜੀ ਦਿੱਲੀ ਦਾ ਇੱਕ ਸਿਟੀ ਸਟੇਟ ਹੈਗੀ ਹੈ ਛੋਟਾ ਜਿਹਾ ਸੂਬਾ ਆਏਗਾ ਨਿਪਰ ਸਿਪਲ ਸਟੇਟ ਹੈਗੀ ਹੈ ਪੰਜਾਬ ਤਾਂ ਪੂਰਾ ਸੂਰਾ ਸੂਬਾ ਸੀਗਾ ਸੋ ਪੰਜਾਬ ਦਾ ਮੁੱਖ ਮੰਤਰੀ ਬਣਨਾ ਕੇਜਰੀਵਾਲ ਵਾਸਤੇ ਜੇ ਆਲਰੀਡੀਆ ਲਾਂਚ ਕਰਨਾ ਹੈਗਾ ਭਾਰਤੀ ਲੈਵਲ ਤੇ ਲਾਂਚ ਕਰਨਾ ਹੈਗਾ ਤਾਂ ਇੱਕ ਪੂਰੇ ਸੂਰੇ ਸੂਬੇ ਦਾ ਮੁੱਖ ਮੰਤਰੀ ਬਣਦੀ ਉਹਦੀ ਲਾਲਸਾ ਜ਼ਰੂਰ ਰਹੀ ਹੋਊਗੀ ਜਿਸ ਕਰਕੇ ਸੋਚਾ ਸਿੰਘ ਛੋਟੇ ਪਰ ਡਾਕਟਰ ਦਲਜੀਤ ਸਿੰਘ ਡਾਕਟਰ ਗਾਂਧੀ ਸਭ ਨੂੰ ਖੁੱਡੇ ਲੈਣ ਨਾਲੋਂ ਬਿਹਤਰ ਸਮਝਿਆ ਜੀ ਸਰ ਗੱਲ ਕਰੀਏ ਡਾਕਟਰ ਗਾਂਧੀ ਇੱਕ ਸਾਫ਼ ਸ਼ਿਵੀ ਦੇ ਡਾਕਟਰ ਸੀ ਐਜ਼ ਅ ਐਮਪੀ ਵੀ ਸਾਫ਼ ਸ਼ਿਵੀ ਰਹੀ ਥੋਡੀ ਐਜ਼ ਅ ਲੀਡਰ ਵੀ ਪਰ ਕੁਝ ਵਿਵਾਦ ਵੀ ਜਿਹੜੇ ਜੁੜਦੇ ਰਹੇ ਕਿ ਜਦੋਂ ਡਾਕਟਰ ਗਾਂਧੀ ਕਹਿ ਦਿੰਦੇ ਨੇ ਕਿ ਜੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਹੈ ਤਾਂ ਡੋਡਿਆਂ ਤੇ ਲਗਾ ਦਿਓ ਇਸ ਤਰ੍ਹਾਂ ਦੇ ਨਸ਼ੇ ਤੇ ਲਗਾ ਦਿਓ ਇਹਦਾ ਕੀ ਤਰਕ ਹੈਗਾ ਨਹੀਂ ਇਹ ਤਰਕ ਨਹੀਂ ਸੀ ਮੈਂ ਜਿਹੜਾ ਨਸ਼ਾ ਵਿਰੋਧੀ ਕਾਨੂੰਨ ਹੈਗਾ ਐਨਡੀਪੀਐਸ ਐਕਟ ਜਿਹੜਾ 1985 ਚ ਰਜੀਵ ਗਾਂਧੀ ਸਰਕਾਰ ਵੇਲੇ ਆਇਆ ਹੈਗਾ ਉਹ ਬੜਾ ਘਾਤਕ ਕਾਨੂੰਨ ਹੈਗਾ ਉਹਦੇ ਕੀਤਾ ਜਿਹੜਾ ਵਹਿਤੀ ਨਸ਼ੇ ਸੀ ਜਿਹੜਾ ਪੰਜਾਬ ਹਜ਼ਾਰਾਂ ਸਾਲ ਤੋਂ ਇੱਕ ਨਿਸ਼ਚਿਤ ਮਾਤਰਾ ਚ ਹਰ ਪਿੰਡ ਚ ਪੰਜ ਚਾਰ ਬੰਦੇ ਯੂਜ਼ ਕਰਦੇ ਸੀਗੇ ਫੀਮ ਤੇ ਪੁੱਕੀ ਔਰ ਜਿਨ੍ਹਾਂ ਕੋਈ ਮੌਤ ਨਹੀਂ ਸੀ ਹੁੰਦੀ ਮੈਂ ਅਜੇ ਬਹੁਤ ਲੋਕਾਂ ਨੂੰ ਜਾਣਦਾ ਜਿਹੜੇ 80 90 90 ਸਾਲ ਦੇ ਹੋਏ ਪਏ ਔਰ 40 40 50 50 ਸਾਲ ਤੋਂ ਰੋਜ਼ ਫੀਮ ਪੁੱਕੀ ਵਰਦੇ ਮਤਲਬ ਪੰਜਾਬ ਦੇ ਕਈ ਸਿਆਸੀ ਲੀਡਰ ਨੇ ਸਭ ਲੁੱਕੀ ਜਾਣਦੇ ਹੈਗੇ ਤਾਂ ਉਹਨਾਂ ਨਸ਼ਿਆਂ ਦੇ ਪਾਬੰਦੀ ਲਾ ਕੇ ਉਹਨਾਂ ਨੂੰ ਮਤਲਬ ਮਾਫੀਆ ਦੇ ਹਵਾਲੇ ਕਰ ਦਿੱਤਾ ਮਾਫੀਆ ਨੇ ਚੁੱਕੇ ਭਾਅ ਦੇ ਅਸਮਾਨੀ ਪਹੁੰਚਾ ਦਿੱਤੇ ਜਦੋਂ ਆਸਮਾਨੀ ਪਹੁੰਚ ਗਏ ਤਾਂ ਉਸ ਤੋਂ ਬਾਅਦ ਲੁੱਕੀ ਮਜਬੂਰੀ ਬਸ ਸਸਤੇ ਨਸ਼ੇ ਪਹਿਲਾਂ ਮੈਡੀਕਲ ਨਸ਼ੇ ਦੇ ਗਏ ਫਿਰ ਸਿੰਥੈਟਿਕ ਨਸ਼ੇ ਚੱਲ ਗਏ ਚਿਟਾਸ ਮੈਕ ਹੀਰੋਇਨ ਸੋ ਜੇਕਰ ਉਹ ਨਸ਼ਿਆਂ ਦੇ ਪਾਬੰਦੀ ਨਾ ਲੱਗਦੀ ਤਾਂ ਇਹ ਗੈਰ ਕਾਹਤਕ ਨਸ਼ਿਆ ਗੈਰ ਮਾਰੂ ਨਸ਼ਿਆ ਜਿਹੜੇ ਮਨ ਦੇ ਮਨ ਪਰਚਾਵੇ ਵਾਸਤੇ ਸਹਿਜ ਮਹਿਸੂਸ ਕਰਨ ਵਾਸਤੇ ਪੰਜਾਬ ਹਜ਼ਾਰਾਂ ਸਾਲ ਤੋਂ ਨਿਸ਼ਚਿਤ ਮਾਤਰਾ ਲੈੰਡ ਆ ਰਿਆ ਸੀ ਔਰ ਕੋਈ ਮੌਤ ਨਹੀਂ ਸੀ ਹੁੰਦੀ ਕੋਈ ਮੌਤ ਮੌਤ ਦਾ ਖੂਨ ਨਹੀਂ ਸੀ ਪੰਜਾਬ ਬਣਿਆ ਤਾਂ ਇਹ ਹਾਲਤ ਪੈਦਾ ਨਹੀਂ ਸੀ ਹੋਣੀ ਹੋਇਆ ਕੀ ਕਿ ਇਹਨਾਂ ਨੂੰ ਇਹਦੇ ਗੈਰ ਕਾਹਤਕ ਕੁਦਰਤੀ ਨਸ਼ੇ ਸਗੇ ਇਹਨਾਂ ਤੇ ਪਾਬੰਦੀ ਲਾ ਕੇ ਇਹ ਮਾਫੀ ਦੇ ਹਵਾਲੇ ਕਰਤਾ ਸਾਰਾ ਵਪਾਰ ਜੀਚੋ ਅਮਲੀ ਸਗੇ ਜਿਹਦੇ ਮਤਲਬ ਨਸ਼ਾ ਵਰਤਣਾ ਲੋਕ ਸਗੇ ਇੱਕ ਪਿੰਟੇ ਚੋ ਮਾਲ ਦੇਖੋ ਜਿਹੜਾ ਯੂਜ਼ਰ ਹੈ ਨਾ ਉਹ ਪ੍ਰਮੋਟਰ ਨਹੀਂ ਹੈਗਾ ਤੁਸੀਂ ਕੁਝ ਖਾਣੇ ਆ ਨਾ ਤਾਂ ਉਹਦੀ ਵੇਚਣੀ ਤੁਰ ਪੈਨੇ ਪ੍ਰੋਮੋਟਰ ਕੌਣ ਆ ਪ੍ਰੋਮੋਟਰ ਮਾਫੀਆ ਜਿਹਦੇ ਮੁਨਾਫੇ ਪਏ ਆ ਜਿੰਨੇ ਲੋਕੀ ਵੱਧ ਲੱਗਣਗੇ ਇਹ ਮਾਫੀਆ ਹੀ ਲੈ ਕੇ ਗਿਆ ਘਰ ਘਰ ਨਸ਼ੇ ਸਕੂਲ ਕਾਲ ਕਾਲਜਾਂ ਵਿੱਚ ਪਿੰਡ ਵਿੱਚ ਮਲਗਲੀ ਗਲੀ ਮੱਲੇ ਮੱਲੇ ਇਹ ਮਾਫੀਆ ਤੇ ਸਿਆਸਦਾਨ ਤੇ ਪੁਰਸ ਦੀ ਜਿਹੜੀ ਮਿਲੀ ਭੁਗ ਸੀਗੀ ਜਿਹੜਾ ਇੱਕ ਗੈਂਗ ਬਣ ਗਿਆ ਜਿਹੜਾ ਇੱਕ ਮਾਫੀਆ ਬਣ ਗਿਆ ਗਠਜੋੜ ਸਿਗਾ ਨਾ ਪਾਕ ਗਠਜੋੜ ਸਿਗਾ ਉਹਨਾਂ ਨੇ ਸ਼ਫਰਾਈ ਪੰਜਾਬ 'ਚ ਨਾ ਕਿ ਜਦ ਤੱਕ ਪੰਜਾਬ 'ਚ ਫੀਮ ਪੁੱਕੀ ਸੀਗੀ ਉਦ ਤੱਕ ਪੰਜਾਬ ਨਾ ਮਾਫੀਆ ਸਿਗਾ ਸਸਤੀਆਂ ਵੀ ਸੀਗੀਆਂ ਨਾ ਕੋਈ ਮਰਦਾ ਸੀਗਾ ਲੋਕੀ ਹੁਣ ਇਹ ਫੀਮ ਵਾਲਾ ਬੰਦਾ ਪੁੱਕੀ ਵਾਲਾ ਬੰਦਾ ਉਹ ਆਪਣਾ ਕੰਮ ਮਾੜਾ ਜਿਹਾ ਪੁੱਕੀ ਦਾ ਕਾਰ ਲਾ ਕੇ ਉਹ ਲੰਬਾ ਪਾਲਦਾ ਕਹੀ ਪਾਲਦਾ ਆਪਣਾ ਕੰਮ ਕਰਦਾ ਜਿਹੜੇ ਇਹਦੇ ਉਲਟੇ ਜਿਹੜੀ ਸ਼ਰਾਬ ਹੈ ਜੋ ਸਰਕਾਰ ਆਪ ਵੇਚਦੀ ਹੈ ਠੇਕਿਆਂ ਦੇ ਉੱਤੇ ਉਹ ਬੜਾ ਘਾਤਕ ਨਸ਼ਾ ਹੈਗਾ ਹਜ਼ਾਰਾਂ ਲੋਕ ਸ਼ਰਾਬ ਨਾਲ ਹਰ ਸਾਲ ਮਰਦੇ ਆ ਗਏ ਹੈ ਜਿਗਰ ਖਰਾਬ ਹੋ ਕੇ ਹਜ਼ਾਰਾਂ ਲੋਕ ਐਕਸੀਡੈਂਟਾਂ 'ਚ ਮਰਦੇ ਹੈਗੇ ਹੈ ਛੇਰੀ ਫੈਮਿਲੀ ਵਾਇਲੈਂਸ ਹੈ ਜਿਹੜਾ ਡੋਮੈਸਟਿਕ ਵਾਇਲੈਂਸ ਕਹਿੰਦੇ ਆ ਉਹ ਸ਼ਰਾਬ ਕਰਕੇ ਆ ਜਿਹੜਾ ਰੋਡ ਰੇਜ ਹੈਗੀ ਜਿਹੜਾ ਬਾਜ਼ਾਰ ਜਿਹੜੀ ਤੂੰ ਤੂੰ ਮੈਂ ਮੈਂ ਸੜਕਾਂ ਤੇ ਹੁੰਦੀ ਆ ਉਹ ਸ਼ਰਾਬ ਕਰਕੇ ਹੈਗੀ ਆ ਸੋ ਇਸ ਕਰਕੇ ਮੈਂ ਉਹ ਜਿਹੜੇ ਗੈਰ ਕਾਤਕ ਨਸ਼ੇ ਸਿਗੇ ਪਰ ਟ੍ਰੈਡੀਸ਼ਨਲ ਜਿਹਨੂੰ ਜਿਹਨੂੰ ਆਪਾਂ ਰਵਾਇਤੀ ਨਸ਼ੇ ਕਹਿੰਦੇ ਹੈਗੇ ਆ ਉਹਨਾਂ ਦੇ ਹੱਕ ਵਿੱਚ ਮੈਂ ਮੈਂ ਸੀਗਾ ਉਹਦੇ ਹੱਕ ਵਿੱਚ ਕਾਨੂੰਨ ਬਦਲਣ ਵਾਸਤੇ ਮੈਂ ਐਨਡੀਪੀ ਐਮੈਂਡਮੈਂਟ ਬਿਲ 1900 15 ਚ ਪੇਸ਼ ਕੀਤਾ ਹੈਗਾ ਜਿਹੜਾ ਬਹਿਸ ਵਾਸਤੇ ਲੱਗਣਾ ਸੀ ਲੱਗ ਨਹੀਂ ਸਕਿਆ ਕਿਸੇ ਕਾਰਨ ਵਾਸਤੇ ਐਤਕੀ ਲੱਗ ਜਾਂਦਾ ਤੇ ਜੀ ਚੁਹੀ ਸੀਗਾ ਕਿ ਇਹ ਗੈਰ ਹਾਕਤਕ ਨਸ਼ੇ ਆ ਉਹਦੇ ਪਾਬੰਦੀ ਚੁੱਕੋ ਔਰ ਕਿਹੜੇ ਕਾਤਕ ਨਸ਼ੇ ਦੇ ਵਪਾਰੀ ਹੈਗੇ ਬਟ بڑے ਮਗਰਮਾਛੇ ਜਿਹੜਾ ਅਰਬਾਂ ਖਰਬਾਂ ਦਾ ਜਿਹੜਾ ਬਿਜ਼ਨਸ ਸ਼ੁਰੂ ਕਰਤਾ ਕਾਲੀਆਂ ਨੇ ਕਾਂਗਰਸ ਨੇ ਸਾਰੇ ਸਿਆਸੀ ਪਾੜੇ ਨੇ ਵੱਡੇ ਵੱਡੇ ਪੁਲਿਸ ਅਫਸਰਾਂ ਨੇ ਮੈਂ ਸਭ ਦੇ ਨਾਂ ਨਹੀਂ ਲੈਂਦਾ ਪਰ ਮੈਂ ਮੈਰੀ ਕੋ ਨਹੀਂ ਕਹਿੰਦਾ ਕਿ ਸਾਰੇ ਮਾੜੇ ਹੈਗੇ ਆ ਪਰ ਉਹਨਾਂ ਚ ਬਹੁਤ ਵੱਡਾ ਹਿੱਸਾ ਪੁਲਿਸ ਦਾ ਵੀ ਤੇ ਅਫਸਰशाही ਦਾ ਵੀ ਤੇ ਸਿਆਸ ਸਿਆਸਦਾਨਾਂ ਦਾ ਵੀ ਇਸ ਕਾਰੋਬਾਰ ਚ ਅਰਬਾਂ ਹੈਗਾ ਹੈ ਔਰ ਇੱਕ ਹੋਇਆ ਤਾਂ ਹੈਗਾ ਕਿਉਂਕਿ ਐਨਡੀਪੀਐਸ ਐਕਟ ਨੇ ਰਵਾਇਤੀ ਨਸ਼ਿਆਂ ਤੇ ਪਾਬੰਦੀ ਲਾਤੀ ਉਸ ਤੋਂ ਬਾਅਦ ਸਾਰਾ ਮਾਫੀਆ ਆਇਆ ਉਸ ਤੋਂ ਬਾਅਦ ਮੈਡੀਕਲ ਨਸ਼ੇ ਆਏ ਉਸ ਤੋਂ ਬਾਅਦ ਸਿੰਥੈਟਿਕ ਨਸ਼ੇ ਆਏ ਜੀ ਸਰ ਗੱਲ ਕਰੀਏ ਹੁਣ ਦੇਸ਼ ਦੇ ਮੌਜੂਦਾ ਚੱਲ ਰਹੇ ਹਾਲਾਤਾਂ ਬਾਰੇ ਸਭ ਨੂੰ ਪਤਾ ਹੈਗਾ ਕਿ 100 ਦਿਨ ਤੋਂ ਉੱਪਰ ਜਿਹੜਾ 4 ਮਹੀਨੇ ਤੋਂ ਉੱਪਰ ਜਿਹੜਾ ਸਮਾਂ ਕਿਸਾਨਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਬੈਠੇ ਨੂੰ ਹੋ ਚੁੱਕਿਆ ਹੈ ਇਸ ਦਾ ਸਿੱਧਾ ਸਵਾਲ ਇਹ ਕਿ ਜ਼ਿੰਮੇਵਾਰ ਕੌਣ ਏਡੇ ਕਿਸਾਨ ਮਾਰੂ ਬਿੱਲ ਲਿਆਂਦੇ ਗਏ ਉਸ ਤੋਂ ਬਾਅਦ ਸੰਘਰਸ਼ ਕਿਸਾਨਾਂ ਦਾ ਜਿਹੜਾ ਹੋਇਆ ਉਸ ਦਾ ਜ਼ਿੰਮੇਵਾਰ ਕੌਣ ਕੇ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪੈ ਗਿਆ ਦੇਖੋ ਇਸ ਵਾਰ ਤਾਂ ਕੋਈ ਦੋ ਰਾਮਾ ਨਹੀਂ ਹੈਗਾ ਕਿ ਇਸ ਦਾ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਭਾਜਪਾ ਸਰਕਾਰ ਹੈ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਹੈਗੀਆਂ ਗਰੀਬ ਦਾ ਵਿਰੋਧੀ ਰੀਤੀਆਂ ਹੈਗੀਆਂ ਕਿਸਾਨ ਵੀ ਤੇ ਕੰਜ਼ਿਊਮਰ ਦੋਨਾਂ ਦੇ ਖਿਲਾਫ ਨੀਤੀਆਂ ਹੈਗੀਆਂ ਇਦੋਂ ਇਹ ਤਿੰਨੇ ਬਿਲ ਰਲ ਕੇ ਕਿਸਾਨਾਂ ਨੂੰ ਵੀ ਮਤਲਬ ਠੱਬੀ ਲਾਉਂਦੇ ਹੈਗੇ ਨੁਕਸਾਨ ਕਰਦੇ ਆ ਉਹਨਾਂ ਦੀ ਹੋਣ ਦਾ ਸਵਾਲ ਹੈ ਮਜ਼ਦੂਰਾਂ ਦੀ ਹੋਣ ਦਾ ਸਵਾਲ ਹੈ ਤੀਜਾ ਜਿਹੜਾ ਖਪਤਕਾਰ ਹੈ ਜਿਹੜਾ ਪਿੰਡੂ ਮਜ਼ਦੂਰ ਹੈ ਸ਼ਹਿਰੀ ਮਜ਼ਦੂਰ ਹੈ ਸ਼ਹਿਰੀ ਮੱਧ ਵਰਗ ਹੈ ਜਿਹੜਾ ਰੋਜ਼-ਰੋਜ਼ ਰੁੱਟੀ ਖਾਂਦਾ ਜਿਹੜਾ ਪੀਡੀਐਸ ਸਿਸਟਮ ਤੇ ਹੈਗਾ ਥਰੂ ਐਫਸੀਆਈ ਜਿਹਨੂੰ ਦੌਰਪੇ ਕਿਲੋ ਚੌਲ ਜਾ ਮਿਲਦੇ ਹੈਗੇ ਉਹ ਸਾਰੇ ਪੀਡੀਐਸ ਸਿਸਟਮ ਨੂੰ ਵੀ ਦੇ ਪ੍ਰਾਈਵੇਟ ਕਰਨਾ ਚਾਹੁੰਦੇ ਹੈਗੇ ਉਹਦੇ ਖਾਤੇ ਪੈਸੇ ਪਾਣਗੇ ਉਧਰ ਖੁੱਲ ਦੇਣਗੇ अडानी ਨੂੰ ਜੋ ਮਰਜੀ ਭਾਅ ਵਿੱਚੋਂ ਮਾਰੀ ਜੋ ਮਰਜੀ ਭਾਅ ਵਿੱਚੋਂ ਸੋ ਮੁਲਕ ਦੇ ਐ ਕਹ ਲੋ ਕਿ 85% ਲੋਕਾਂ ਨੂੰ ਕੱਲੇ ਕਿਸਾਨੀ ਨੂੰ ਨਹੀਂ 85 ਲੋਕਾਂ ਦੇ ਵਾਸਤੇ ਇੱਕ ਮਾਰੀਆਂ ਮਾਰੇ ਦੇਣ ਪੈਦਾ ਕਰਨ ਵਾਸਤੇ ਮਾਰੀਆਂ ਹਾਲਤਾ ਜਿਉਣ ਮਾਰੀਆਂ ਹਾਲਤਾ ਪੈਦਾ ਕਰਨ ਵਾਸਤੇ ਇਹ ਬਿੱਲ ਲਿਆਂਦੇ ਗਏ ਹੈਗੇ ਆ ਔਰ ਕੁਝ ਇੱਕ ਪਰਵਾਰਾਂ ਦੀ ਜੋ ਜੋ ਅਮੀਰੀ ਹੈਗੀ ਹੈ ਉਹ ਹੋਰ ਵਾਅਦਾ ਕਰਨ ਵਾਸਤੇ ਬਿੱਲ ਲਿਆਂਦੇ ਗਏ ਹੈ ਔਰ ਖਾਸ ਤੌਰ ਤੇ ਕਰੋਨਾ ਦੀ ਆੜ ਵਿੱਚ ਜੋ ਸਾਰਾ ਮੁਲਕ ਸਹਿਮਿਆ ਪਿਆ ਸੀ ਭਾਜਪਾ ਨੇ ਕਿੰਨੇ ਧੱਕੇ ਕੀਤੇ ਨੇ ਪਿਛਲੇ ਪਰ ਖਾਸ ਕਰੀ ਦੂਜੀ ਟਰਮ ਹੈਗੀ ਹੈ 14 ਤੋਂ 19 ਤੋਂ 19 ਤੋਂ ਜਿਹੜੀ ਹੁਣ 24 ਵਾਲੀ ਟਰਮ ਹੈਗੀ ਇਹਦੇ ਜੋ ਧੱਕੇ ਕਰ ਰਹੀ ਹੈ ਰੋਜ਼ ਲੋਕਾਂ ਨਾਲ ਜੋ ਜਾਤੀਆਂ ਹੋ ਰੀਆਂ ਉਹਦੀ ਕਰੋਨਾ ਦੀ ਆੜ ਵਿੱਚ ਇਹ ਬਿੱਲ ਲਿਆ ਕੇ ਕਿਸਾਨੀ ਦਾ ਗळा ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਕਾਰਪੋਰੇਟ ਪੱਖੇ ਦੇ ਉਹਨਾਂ ਦੇ ਤਾਂ 5 5 6 6 ਲੱਖ ਕਰੋੜ ਦੇ ਕਰਜ਼ੇ ਵੀ ਮਾਫ਼ ਕਰਤੇ ਡੈਕਸ ਵੀ ਰਾਤਾ ਦੇਤੀਆਂ ਤੇ ਕਿਸਾਨੀ ਦਾ 1 ਸਵਾ ਲੱਖ 1.5 ਲੱਖ ਕਰੋੜ ਦਾ ਕਰਜ਼ਾ ਨਹੀਂ ਮਾਫ਼ ਕਰ ਸਕਕੇ ਇਸੇ ਤਰ੍ਹਾਂ ਮਤਲਬ ਕਿਸਾਨੀ ਦੇ ਉਲਟਾ ਮਤਲਬ ਉਹਨਾਂ ਦੀ ਜਿਹੜੀ ਜ਼ਮੀਨ ਹੈਗੀ ਹੈ ਉਹਦੇ ਚ ਸਿਸਟਮ ਠੇਕੇਦਾਰੀ ਸਿਸਟਮ ਹੈਗਾ ਆਊਟਸੋਰਸਿੰਗ ਸਿਸਟਮ ਹੈਗਾ ਹੈ ਜਾਂ ਮਤਲਬ ਉਹਨਾਂ ਨੂੰ ਮਤਲਬ ਕੰਟਰੈਕਟ ਸਿਸਟਮ ਹੈਗਾ ਹੈ ਉਦੇ ਰਾਹੀਂ ਅਤੇ ਜੋ ਉਸ ਤੋਂ ਬਾਅਦ ਜੋ ਜਿੰਸਾਂ ਦੇ ਜਿਹੜੇ ਭਾਅ ਹੈਗੇ ਘੱਟੋ-ਘੱਟ ਜੀ ਐਮ ਐਸ ਪੀ ਹੈਗੀ ਹੈ ਉਹ ਤੋੜ ਕੇ ਖੁੱਲੀ ਮੰਡੀ 'ਚ ਲਿਜਾ ਕੇ ਇੱਕ ਦੋ ਸਾਲ ਤਿੰਨ ਸਾਲ ਐਮ ਐਸ ਪੀ ਦੇ ਦੇਣਗੇ ਉਸ ਤੋਂ ਬਾਅਦ ਜਿਹੜਾ ਇਹ ਬਿਲਕੁਲ ਖਤਮ ਕਰਕੇ ਉਹਨਾਂ ਨੂੰ ਮਾਰਕੀਟ ਦੇ ਰਹਿਮੋ ਕਰਮ ਤੇ ਛੜ ਦੇਣਗੇ ਕੁਝ ਚੰਦਕ ਪੂੰਜੀਪਤੀਆਂ ਦੇ ਸਾਰਾ ਪੰਜਾਬ ਦਾ ਜਿਹੜਾ 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 ਮਾਰਕੀਟਿੰਗ ਸਿਸਟਮ ਹੈ ਉਹਨੂੰ ਖਤਮ ਕਰਨਾ ਚਾਹੁੰਦੇ ਆ ਇਹ ਕਿਉਂਕਿ ਜਿਹੜੀ ਦੂਜੀ ਪਾਸੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਮੈਂ ਸੰਵਿਧਾਨ ਦੀ ਰਾਜਾਂ ਦੀ ਸੂਚੀ ਹੈਗੀ ਹੈ ਉਹਦੀ ਮਾਦ ਨੰਬਰ 14 ਵਿੱਚ ਜਿਹੜੀ ਖੇਤੀਬਾੜੀ ਹੈ ਉਹ ਰਾਜ ਦਾ ਵਿਸ਼ਾ ਹੈਗਾ ਮਾਦ ਨੰਬਰ 28 ਵਿੱਚ ਜਿਹੜਾ ਮੰਡੀ ਕਰਨਾ ਹੈ ਉਹ ਰਾਜ ਦਾ ਵਿਸ਼ਾ ਹੈਗਾ ਉਹ ਰਾਜਾਂ ਕੋਲੋਂ ਖੋ ਕੇ ਸੈਂਟਰ ਆਪਣੇ ਕੰਟਰੋਲ ਕਰਨਾ ਚਾਹੁੰਦਾ ਜਿਵੇਂ ਸਾਰੀ ਟੈਕਸ ਪ੍ਰਣਾਲੀ ਖੋ ਕੇ ਲੈ ਗਏ ਹੈਗੇ ਆ ਪੰਜਾਬ ਕੋਲ ਦੋ ਟੈਕਸ ਰਹਿ ਗਏ ਹੈ ਇੱਕ ਡੀਜ਼ਲ ਪੈਟਰੋਲ ਤੇ ਇੱਕ ਸ਼ਰਾਬ ਤੇ ਬਾਕੀ ਸਾਰੇ ਟੈਕਸ ਸੈਂਟਰ ਲਿਆਂਦਾ ਫਿਰ ਫਿਰ ਆਪਣੇ ਮਨਪਸੰਦ ਬਾਦਲ ਹੋਵੇ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ ਚਾਹੇ ਕੈਪਟਨ ਹੋਵੇ ਠੂਠਾ ਫੜ ਕੇ ਮੰਗਣ ਜਾਂਦੇ ਆ ਅਜੇ ਤੱਕ ਸਾਡਾ ਜੀਐਸਟੀ ਦਾ ਪੈਸਾ ਪਿਆ ਹੈਗਾ ਸੋ ਰਾਜਾਂ ਨੂੰ ਨਸੱਤੇ ਬਣਾਇਆ ਜਾ ਰਿਹਾ ਸਾਥ-ਸੱਤ ਹੀਣ ਕੀਤਾ ਜਾ ਰਿਹਾ ਖੁੰਗਲ ਕੀਤਾ ਜਾ ਰਿਹਾ ਹੈਗਾ ਤੇ ਕੇਂਦਰ ਆਰਥਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਤੇ ਜਥੇਮਦਕ ਤੌਰ ਤੇ ਵੀ ਲਗਾਤਾਰ ਤਗੜਾ ਹੋ ਰਿਹਾ ਤੇ ਰਾਜਾਂ ਨੂੰ ਮਤਲਬ ਖੁੰਗਲ ਕੀਤਾ ਜਾ ਰਿਹਾ ਜਿਹੜਾ ਕੇਂਦਰ ਰਾਜਕਾਰਾਂ ਦਾ ਸੰਤੁਲਨ ਹੈਗਾ ਉਹ ਕੇਂਦਰ ਦੇ ਹੱਕ ਵਿੱਚ ਇੰਨਾ ਝੋਲ ਮਾਰ ਗਿਆ ਹੈਗਾ ਕਿ ਇਹਨੂੰ ਦੁਰਸਤ ਕਰਨਾ ਬਹੁਤ ਜ਼ਰੂਰੀ ਹੈਗਾ ਤੇ ਕਿਸਾਨ ਜਿਹੜੀ ਸੰਘਰਸ਼ ਹੈਗਾ ਇਹਨਾਂ ਸਾਰਿਆਂ ਮੁੱਦਿਆਂ ਤੇ ਕਿਸਾਨੀ ਦੇ ਖਪਤਕਾਰਾਂ ਦੇ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਤੇ ਐਮਐਸਪੀ ਤੇ ਤੇ ਜਿਹੜਾ ਖਾਸ ਤੌਰ ਤੇ ਜਿਹੜੀ ਫੇਰੀ ਇੱਕ ਫਾਸ਼ੀਵਾਦੀ ਹਿੰਦੂ ਰਾਸ਼ਟਰ ਬਣਾਉਣ ਦੀ ਮੋਦੀ ਦੀ ਜਕੜ ਹੈਗੀ ਹੈ ਮੋਦੀ ਦਾ ਇੱਕ ਖੌਫ ਹੈ ਸਾਰੇ ਹਿੰਦੁਸਤਾਨ ਤੇ ਛਾਇਆ ਪਿਆ ਸੀ ਉਹਨੂੰ ਤੋੜਨ ਵਿੱਚ ਕਾਮਯਾਬ ਹੋਇਆ ਮੇਰੇ ਵਾਸਤੇ ਮੋਰਚਾ ਜਿੱਤੇ ਹੀ ਪਿਆ ਆ ਜਿਹੜੇ ਮੰਗਾਂ ਹੈਗੀਆਂ ਇਹਨਾਂ ਨਾਲ ਜੇ ਮਤਲਬ ਇਹ ਜੋ ਜੋ ਵੀ ਫੈਸਲਾ ਹੁੰਦਾ ਜਿਹੜੀ ਜਿਹੜੇ ਕਿਸਾਨ ਸੰਘਰਸ਼ ਨੇ ਜੋ ਮੁਲਕ 'ਚ ਖੌਫ ਦਾ ਮਾਹੌਲ ਤੋੜਿਆ ਤੋੜਿਆ ਹੈਗਾ ਜੋ ਲੋਕਾਂ 'ਚ ਜਾਣ ਪਾਈ ਹੈਗੀ ਹੈ ਕਿ ਇਸ ਇਸ ਸਰਕਾਰ ਦੇ ਹੱਲਿਆਂ ਦੇ ਖਿਲਾਫ ਖੜਾ ਹੋਇਆ ਜਾ ਸਕਦਾ ਔਰ ਜਿਸ ਤਰ੍ਹਾਂ ਸਰਕਾਰੀ ਅਫਸਰਾਂ ਨੂੰ ਤੇ ਸਰਕਾਰੀ ਵਜ਼ੀਰਾਂ ਨੂੰ ਪੰਜਾਬ ਦੀ ਕਿਸਾਨ ਲੀਡਰਸ਼ਿਪ ਨੇ ਆਪਣੀ ਸਿਆਣਪ ਨਾਲ ਪੜ੍ਹਨੇ ਪਾਇਆ ਹੈਗਾ ਸੱਤ ਅੱਠ ਰਾਊਂਡ ਆਫ ਰਾਊਂਡ ਆਫ ਟਾਕਸ ਹੋਈਆਂ ਹੈਗੀਆਂ ਉਦੋਂ ਸਾਬਜਾਰ ਹੈ ਕਿ ਕਿਸਾਨੀ ਸੰਘਰਸ਼ ਆਪਣੀ ਜਿੱਤ ਵੱਲ ਵਧ ਰਿਹਾ ਹੈਗਾ ਇਹ ਜਿੱਤ ਦੀ ਅੰਤਮ ਮਤਲਬ ਕਦੋਂ ਹੁੰਦੀ ਹੈਗੀ ਇਹ ਕਿਸਾਨ ਵਾਲਾ ਸਮਾਂ ਦੱਸੂਗਾ ਸਮੇਂ ਦੇ ਵਿੱਚ ਹੈਗਾ ਪਰ ਜੋ ਕੰਮ ਕਿਸਾਨ ਮੋਰਚਾ ਕਰ ਗਿਆ ਉਹ ਇਤਿਹਾਸਕ ਕੰਮ ਹੈ ਕਿਸ ਨੇ ਜੋ ਫਾਸ਼ੀਵਾਦੀ ਜੋ ਹਿੰਦੂ ਰਾਸ਼ਟਰ ਬਣਾਉਣ ਦੀ ਇੱਕ ਇੱਕ ਨੂੰ ਕਹਿੰਦਾ ਕਾਂਗਿਆਰੀ ਚੜੀ ਆ ਰਹੀ ਸੀ ਉਹਨੂੰ ਰੋਕ ਕੇ ਦਿਖਾਇਆ ਹੈਗਾ ਉਹਨੂੰ ਚੈਲੰਜ ਕੀਤਾ ਹੈਗਾ ਔਰ ਸਾਰੇ ਮੁਲਕ ਨੂੰ ਦੁਨੀਆ ਦੱਸਿਆ ਹੈਗਾ ਆ ਸਾਰੇ ਮੁਲਕ ਦੀਆਂ ਨਜ਼ਰਾਂ ਪੰਜਾਬ ਦੇ ਕਿਸਾਨ ਸੰਘਰਸ਼ ਤੇ ਹੈਗੀਆਂ ਪੰਜਾਬ ਦੇ ਉੱਤੇ ਹੈਗੀਆਂ ਪੰਜਾਬ ਦੇ ਮਤਲਬ ਸਵਾਰਸ਼ੀਲ ਸੰਘਰਸ਼ ਦੇ ਹੈਗੀਆਂ ਕਿ ਕਿਵੇਂ ਇਕੱਲੇ ਪੰਜਾਬ 'ਚ ਨਹੀਂ ਇਕੱਲੇ ਹਿੰਦੁਸਤਾਨ 'ਚ ਨਹੀਂ ਦੁਨੀਆ ਪਰਚ ਜਿਹੜਾ ਕਾਰਪੋਰੇਟ ਹੱਲਾ ਹੈਗਾ ਗਲੋਬਲ ਕੈਪੀਟਲ ਦਾ ਵਿੱਤੀ ਸੰਸਾਰ ਵਿੱਤੀ ਸਰਮਾਇਆ ਦਾ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਕਿਵੇਂ ਚੁਣੌਤੀ ਔਰ ਐਡੀ ਵੱਡੀ ਪੱਧਰ ਸੰਘਰਸ਼ ਕਿਵੇਂ ਕੀਤਾ ਜਾ ਸਕਦਾ ਸਾਰੀ ਦੁਨੀਆ ਪੰਜਾਬ ਤੇ ਅੱਖਾਂ ਟਿਕਾਈ ਬੈਠੀ ਹੈ ਔਰ ਸਾਡੇ ਪੰਜਾਬ ਦੇ ਸੰਘਰਸ਼ ਦੀ ਜਿੱਤ ਉਹਦੀ ਕਾਮਨਾ ਕਰਦੀ ਹੈ ਸਰ 300 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਸ਼ਹੀਦੀਆਂ ਪਾ ਚੁੱਕੇ ਨੇ ਕਿਸਾਨੀ ਸੰਘਰਸ਼ ਦੇ ਵਿੱਚ ਇਸ ਦੇ ਉਲਟ ਕੇਂਦਰ ਸਰਕਾਰ ਜਿਹੜੀ ਉਹਨਾਂ ਨੂੰ ਸ਼ਹੀਦ ਦਾ ਕਰਜ਼ਾ ਦੇਣ ਨੂੰ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਦੇਣ ਨੂੰ ਤਿਆਰ ਨਹੀਂ ਕਿਤੇ ਨਾ ਕਿਤੇ ਇਹ ਸਿਆਸਤਦਾਨਾਂ ਦੀ ਕੋਈ ਅਣਗਹਿਲੀ ਤਾਂ ਨਹੀਂ ਕਿ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਜਾਨ ਜਾ ਰਹੀ ਹੈ ਫਿਰ ਵੀ ਕੇਂਦਰ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈਗੀ ਉਹ ਤਾਂ ਉਹਨਾਂ ਨੂੰ ਪਰਵਾਹ ਹੈ ਹੀ ਨਹੀਂ ਨਾ ਉਹ ਤਾਂ ਉਹਨਾਂ ਨੇ ਜੇ ਕਾਨੂੰਨ ਲੈ ਕੇ ਆਏ ਨੇ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਕਿਸਾਨਾਂ ਦਾ ਕੀ ਬਣਦਾ ਮਜ਼ਦੂਰਾਂ ਦਾ ਕੀ ਬਣਦਾ ਆਮ ਖਪਤਕਾਰ ਦਾ ਕੀ ਬਣਦਾ ਕਿਉਂਕਿ ਤਿੰਨੇ ਕਾਨੂੰਨ ਕਿਸਾਨਾਂ ਮਜ਼ਦੂਰਾਂ ਤੇ ਖਪਤਕਾਰਾਂ ਦੇ ਖਿਲਾਫ ਹੈਗੇ ਆ ਤੇ ਉਸ ਦਾ ਪਹਿਲੀ ਸਰਕਾਰੀ ਜੋ ਨੀਤੀਆਂ ਹੈਗੀਆਂ ਕਾਰਬਿਡ ਪੱਕੀ ਨੀਤੀਆਂ ਮੀਰ ਜਮਾਤ ਪੱਕੀ ਨੀਤੀਆਂ ਹੈਗੀਆਂ ਜਾਤ ਪਾਤ ਨੂੰ ਮਤਲਬ ਇਹ ਜਿਹੜੇ ਦਲਿਤ ਐਕਟਿਵਿਸਟ ਹੈ ਜਿਹੜੇ ਜਮਹੂਰੀ ਕਾਰਕੁਨ ਹੈਗੇ ਹਿੰਦੁਸਤਾਨ ਪਰ ਵਿੱਚ ਰਾਟ ਸਕੇ ਉਹਨਾਂ ਦੇ ਹਮਲਾ ਵਿੱਢਿਆ ਹੋਇਆ ਹੈਗਾ ਸੈਂਕੜੇ ਨਹੀਂ ਹਜ਼ਾਰਾਂ ਲੋਕ ਜੇਲ੍ਹਾਂ ਚ ਹੈਗੇ ਆ ਹਰ ਤ੍ਹਾਂ ਡਾਬੇ ਧੌਂਸ ਦਾ ਤੇ ਦਹਿਸ਼ ਦਾ ਇੱਕ ਹਿੰਦੂਵਾਦ ਦਾ ਹਿੰਦੂ ਰਾਸ਼ਟਰ ਦਾ ਜੋ ਝੰਡਾ ਬਲੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਅਜਿਹੇ ਮਾਹੌਲ ਚ ਇੱਕ ਬਹੁਤ ਸੰਕਿਖਵਾਦ ਦਾ ਰਾਜ ਪੈਦਾ ਕਰਨਾ ਉਹਦਾ ਇੱਕ ਜਿਹਨੂੰ ਕਹਿੰਦੇ ਆ ਕਿ ਇੱਕ ਮਤਲਬ ਉਹ ਇੱਕ ਹਿੰਦੂ ਰਾਸ਼ਟਰ ਬਣਾਉਣ ਦਾ ਜੋ ਐਜੰਡਾ ਹੈਗਾ ਉਹ ਤੇ ਉਹ ਚੱਲਦੇ ਪਏ ਆ ਇਹਦੇ ਚੱਲਦੇ ਆ ਉਹਨਾਂ ਨੂੰ ਬਹੁ ਗਿਣਤੀ ਵੋਟਾਂ ਚਾਹੀਦੀਆਂ ਉਹ ਹਿੰਦੂਆਂ ਨੂੰ ਬਿੰਦੂਆਂ ਨੂੰ ਬਿੰਦੂ ਭਰਾਵਾਂ ਨੂੰ ਵਰਗਲਾ ਕੇ ਉਹ ਆਪਣਾ ਮਕਸਦ ਪੂਰਾ ਕਰੀ ਜਾ ਰਹੇ ਆ ਪਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਜਿਸ ਕੌਮ ਵਿੱਚੋਂ ਜਿਸ ਧਰਮ ਵਿੱਚੋਂ ਕੋਈ ਮਤਲਬ ਕੋਈ ਐਦਾਂ ਦਾ ਵਰਤਾਰਾ ਉੱਭਰਦਾ ਹੈਗਾ ਸਭ ਤੋਂ ਵੱਧ ਨੁਕਸਾਨ ਵੀ ਉਸੇ ਤਰ੍ਹਾਂ ਦੇ ਲੋਕਾਂ ਨੂੰ ਹੁੰਦਾ ਹੈਗਾ ਆ ਜਦੋਂ ਕੋਰੋਨਾ ਦਾ ਹੋਇਆ ਖੌਫ ਹੋਇਆ ਹੈਗਾ ਸਭ ਤੋਂ ਵੱਧ ਕੌਣ ਮਰੇ ਨੇ ਯੂਪੀ ਬਿਹਾਰ ਵਾਲੇ ਮਰੇ ਨੇ 15 1500 ਕਿਲੋਮੀਟਰ ਸੜਾ ਕੇ ਕਿਸੇ ਸਰਕਾਰ ਨੇ ਕਿੰਨੀ ਗਵਾ ਫੜ ਲਈ ਹਿੰਦੂਆਂ ਦੀ ਸੋ ਇਸ ਕਰਕੇ ਇਹ ਬੜਾ ਖਤਰਨਾਕ ਜਿਹੜਾ ਮਾਹੌਲ ਹੈਗਾ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈਗੀ ਕਿ ਅੱਬ ਕਦੇ ਕਾ ਕੋਰੋਨਾ ਕਿੰਨੀ ਬੇਕਰ ਸਰਕਾਰ ਸੀਗੀ ਬਾਹਲੇ ਮੁਲਕਾਂ ਸਰਕਾਰ ਲੋਕਾਂ ਦੇ ਪੰਜ ਪੈਸੇ ਪਾਏ ਨੇ ਖਾਤੇ ਪੈਸੇ ਭੇਜੇ ਨੇ ਇੱਥੇ ਤਾਂ ਮਤਲਬ ਲੋਕਾਂ ਨੂੰ ਸਾਈਕਲ ਤੱਕ ਮਤਲਬ ਚੱਲ ਚਲਾ ਕੇ ਜਾਣਾ ਪਿਆ 15 ਆਪਣੇ ਟੱਪਾਂ ਵਿੱਚ ਆਪਣੇ ਘਰਾਂ ਵਿੱਚ ਵਾਪਸ ਆਪਣੇ ਬੱਚਿਆਂ ਕੋ ਸੋ ਐਨਾ ਮੜਾ ਹਾਲ ਹੈ ਇਸ ਮੁਲਕ ਦਾ ਸਰ ਕਿਸਾਨੀ ਸੰਘਰਸ਼ ਤੇ ਹੀ ਆਪਾਂ ਗੱਲ ਕਰਾਂਗੇ ਲੱਖੇ ਸਧਾਣੇ ਦੀ ਵਾਪਸੀ ਜਿਹੜੀ ਜਥੇਬੰਦੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਲੱਖਾ ਸਧਾਣਾ ਸਿੰਘੂ ਬਾਰਡਰ ਦੀ ਸਟੇਜ ਤੋਂ ਬੋਲੂਗਾ ਡਾਕਟਰ ਧਰਮਵੀਰ ਗਾਂਧੀ ਉਸ ਫੈਸਲੇ ਨੂੰ ਜਥੇਬੰਦੀਆਂ ਦੇ ਕਿਸ ਤਰ੍ਹਾਂ ਦੇਖਦੇ ਨੇ ਦੇਖੋ ਆਪਣੀ ਬਦਕਿਸਮਤੀ ਹੈ ਕਿ ਐਡੇ ਵੱਡੇ ਸੰਘਰਸ਼ ਨੂੰ ਅਸੀਂ ਵਿਅਕਤੀਆਂ ਦੁਆਲੇ ਘੁਮਾਉਂਦੇ ਹੈਗੇ ਹਾਂ ਕਦੀ ਸਦੀਪ ਸਿੱਧੂ ਦੁਆਲੇ ਕਦੀ ਲੱਖੇ ਸਹਾਣੇ ਬਾਰੇ ਕਦੀ ਜਥੇਬੰਦੀ ਇਸ ਸੰਘਰਸ਼ ਦੀ ਇੰਪੋਰਟੈਂਸ ਇਹ ਨਹੀਂ ਹੈ ਕਿ ਲੱਖਾਂ ਸਹਾਣਾ ਵਿਚਿਆ ਜਾ ਬਾਹਰ ਹੈਗਾ ਸਦੀਪ ਸਿੱਧੂ ਵਿਚਿਆ ਜਾ ਬਾਹਰ ਹੈ ਇੰਪੋਰਟੈਂਸ ਗੱਲ ਇਹ ਹੈ ਕਿ ਇਸ ਲੱਖਾਂ ਲੋਕਾਂ ਦੇ ਇਕੱਠ ਨੇ ਲੱਖਾਂ ਲੋਕਾਂ ਦੀ ਮੋਬਾਈਲਾਈਜੇਸ਼ਨ ਨੇ ਜਿਹੜੀ ਕਿਸਾਨ ਜਥੇਬੰਦੀਆਂ ਦੀ ਧਾਕਿਆਂ ਬਦੀ ਮਿੰਦਨ ਤੀਜਾ ਸੇਗਾ ਡੰਕਲ ਪ੍ਰਪੋਜ਼ਲ ਤੋਂ ਲੈ ਕੇ ਦੋਹਾ ਰਾਊਂਡ ਤੱਕ ਉਰਗਵੇ ਰਾਊਂ ਫਿਰ ਅੱਗੇ ਗੈਟ ਤੱਕ ਡਬਲਯੂਟੀਓ ਤੱਕ ਲਗਾਤਾਰ 30 ਸਾਲ ਤੋਂ ਕਿਸਾਨ ਜਥੇਬੰਦੀਆਂ 90 91 ਤੋਂ ਲੈ ਕੇ ਲੋਕਾਂ ਨੂੰ ਚਤਨ ਕਰ ਰਹੀਆਂ ਕਿ ਜਿਹੜਾ ਮੰਤਰੀ ਵਿੱਤੀ ਸਰਮਾਇਆ ਦਾ ਹੱਲਾ ਹੈਗਾ ਹਿੰਦੁਸਤਾਨ ਤੇ ਵੀ ਆਊਗਾ ਕਿਸਾਨੀ ਤੇ ਵੀ ਆਊਗਾ ਉਹ ਜਦੋਂ ਹੱਲਾ ਆਇਆ ਤਾਂ ਲੋਕਾਂ ਨੇ ਲੱਗਾ ਕਿ ਇਹ ਸੱਚੇ ਰੌਲਾ ਪਾ ਰਹੀ ਸੀ ਕਿਸਾਨ ਲੀਡਰ ਤੇ ਉਹਨਾਂ ਦੇ ਜੋ ਕਾਲ ਤੇ ਸਾਰਾ ਕੁਝ ਇਕੱਠ ਹੋਇਆ ਹੈਗਾ ਉਹਦੇ ਲੱਕਸਾ ਨਾ ਐਂਟਰੀ ਮਾਰੇ ਚਾਹੇ ਦੀਪ ਸਿੱਧੂ ਮਾਰੇ ਬੁਨਿਆਦੀ ਤੌਰ ਤੇ ਇਹਦੀ ਕੋਸ਼ਿਸ਼ਾਂ ਹੈਗੀਆਂ ਇੱਕ ਕਿਸਾਨ ਜਥੇਬੰਦੀਆਂ ਦੀ ਹੀ ਕੋਸ਼ਿਸ਼ ਹੈਗੀਆਂ ਇਸ ਤੋਂ ਪਹਿਲਾਂ ਕਿਸੇ ਵੀ ਜਥੇਬੰਦੀ ਦਾ ਕਿਸੇ ਵੀ ਸੰਗਠਨ ਦਾ ਕਿਸੇ ਵੀ ਵਿਚਾਰਧਾਰਾ ਦਾ ਕਿਸੇ ਪੰਥਕ ਲੀਡਰਸ਼ਿਪ ਦਾ ਜਾਂ ਪੰਥਕ ਜਥੇਬੰਦੀ ਦਾ ਕਿਸਾਨ ਮੁੱਦਿਆਂ ਤੇ ਜਾਂ ਕਮੰਤਰੀ ਵਿੱਤੀ ਸਰਮਾਇਆ ਦਾ ਜੋ ਚਲਨ ਹੈਗਾ ਉਹਦੇ ਉੱਤੇ ਨਾ ਕੋਈ ਸੰਘਰਸ਼ ਹੈ ਨਾ ਕੋਈ ਦੀ ਕੋਈ ਪੋਜੀਸ਼ਨ ਪੇਪਰ ਹੈਗਾ ਉਹਨਾਂ ਦਾ ਕੋਈ ਇਸ ਤਰ੍ਹਾਂ ਟ੍ਰੈਕ ਰਿਕਾਰਡ ਨਹੀਂ ਹੈਗਾ ਟ੍ਰੈਕ ਰਿਟ ਟ੍ਰੈਕ ਰਿਕਾਰਡ ਹੈਗਾ ਹੈ ਤਾਂ ਪੰਜਾਬ ਦੀਆਂ ਜਥੇਬੰਦੀਆਂ ਚਾਹੇ ਰਾਜਿਆਲ ਹੋਵੇ ਚਾਹੇ ਉਗਰਾਹ ਹੋਣ ਚਾਹੇ ਡਾਕਟਰ ਦਸ਼ਰਪਾਲ ਹੋਣ ਤਾਂ ਉਹਨਾਂ ਦਾ 30 ਸਾਲ ਦਾ ਟ੍ਰੈਕ ਰਿਕਾਰਡ ਹੈ ਸੰਘਰਸ਼ ਦਾ ਸੋ ਉਹੀ ਨੇਚਰਲ ਲੀਡਰਸ ਹੈਗੇ ਆ ਉਸ ਤੋਂ ਬਗੈਰ ਲੱਖਾਂ ਸਾਹਿਬ ਬਾਣ ਬਹੁਤ ਵਧੀਆ ਗੱਲ ਹੈ ਦੀਪ ਸਿੱਧੂ ਜੀ ਉੱਥੇ ਨਾ ਜਾਂਦੇ 26 ਜਨਵਰੀ ਨੂੰ ਨੌਜਵਾਨ ਜਿਹੜਾ ਨੌਜਵਾਨਾਂ ਨੂੰ ਵਕਤ ਕਰਕੇ ਬਜ਼ੁਰਗਾਂ ਨਾਲੋਂ ਇਹ ਜੀ ਤੋੜਨੀ ਨੀਤੀ ਹੈ ਔਰ ਕਾਮ ਪੰਜਾਬ ਦੇ ਬਰਤਾਂਤ ਨੂੰ ਕਿਸਾਨੀ ਦੇ ਬਰਤਾਂਤ ਨੂੰ ਇਸ ਕਾਮੇਟ ਤੇ ਸਿੱਖ ਬਰਤਾਂਤ ਚ ਬਦਲ ਨਹੀਂ ਦਿੱਤੀ ਹੈ ਜੋ ਕੁਝ ਲੋਕਾਂ ਕੀ ਦਾ ਸਾਜਿਸ਼ ਦਾ ਸਕਾਰ ਸ਼ਿਕਾਰ ਹੋਏ ਨੇ ਜਿਹਨਾਂ ਸਾਜਿਸ਼ ਰਚੀ ਗਈ ਹੈ ਉਹ ਉਹਨੇ ਪੰਜਾਬ ਨਾਲ ਗਦਾਰੀ ਕਮਾਈ ਹੈ ਧੋਖਾ ਕਮਾਇਆ ਹੈਗਾ ਪੰਜਾਬ ਨਾਲ ਧੋਖਾ ਕਮਾਇਆ ਹੈਗਾ ਔਰ ਇਤ ਦੀਪ ਸਿੱਧੂ ਦਾ ਫਰਾਮਨਾ ਹੋਵੇ ਆ ਹੋਵੇ ਚਾਹ ਲੱਖੇ ਸਦਾਨੇ ਦਾ ਹੋਵੇ ਮੇਰੇ ਵੱਸਤੇ ਬੱਤਾ ਮੱਤਾ ਨਹੀਂ ਰਖਦਾ ਠੀਕ ਸਰ ਗੱਲ ਕਰੀ ਆਪਾਂ ਕਰੋਨਾ ਦੀ ਤੁਸੀਂ ਇੱਕ ਡਾਕਟਰ ਹੈਗੇ ਹੋ कोरोना ਦਾ ਬੜਾ ਤਕੜਾ ਖੌਫ ਜਿਹੜਾ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਫਲਾਇਆ ਜਾ ਰਿਹਾ ਸਕੂਲ ਵੀ ਪੰਜਾਬ ਸਰਕਾਰ ਵੱਲੋਂ ਬੰਦ ਕਰਨ ਦਾ ਜਿਹੜਾ ਫੈਸਲਾ ਕਰ ਦਿੱਤਾ ਗਿਆ ਲੋਕ ਸਵਾਲ ਇਹ ਵੀ ਕਰ ਰਹੇ ਨੇ ਕਿ ਸ਼ਰਾਬ ਦੇ ਠੇਕੇ ਜਿਹੜੇ ਨੇ ਉਹ ਖੁੱਲੇ ਨੇ ਸਕੂਲ ਬੰਦ ਨੇ ਤੁਸੀਂ ਐਸਾ ਡਾਕਟਰ ਹੋਣ ਦੇ ਨਾਤੇ ਕੋਰੋਨਾ ਮਹਾਮਾਰੀ ਨੂੰ ਕਿਸ ਤਰ੍ਹਾਂ ਲੈ ਰਹੇ ਹੋ ਦੇਖੋ ਕੋਰੋਨਾ ਜਿਹੜੇ ਕਹਿੰਦੇ ਨੇ ਕੋਰੋਨਾ ਕੁਝ ਨਹੀਂ ਹੈਗਾ ਇਹ ਉਹ ਵੀ ਗਲਤ ਨੇ ਜਿਹੜੇ ਇਹ ਕਹਿੰਦੇ ਆ ਕਿ ਹੁਣ ਕੋਰੋਨਾ ਕਰਕੇ ਸਾਰੀ ਏਕਟੀਵਿਟੀ ਠੱਪ ਕਰਦੇ ਹੋ ਉਹ ਵੀ ਗਲਤ ਨੇ ਪਰ ਕੱਲ ਜ਼ਰੂਰ ਹੈ ਕਿ ਸਰਕਾਰ ਨੂੰ ਜਿਹੜੀ ਦੋਗળી ਨੀਤੀ ਹੈਗੀ ਹੈ ਚਾ ਕੇ ਕੇਂਦਰ ਹੈ ਚਾਹੇ ਪੰਜਾਬ ਸਰਕਾਰ ਹੈ ਉਸ ਮਾਮਲੇ 'ਚ ਨਹੀਂ ਪੜਾਣੀ ਚਾਹੀਦੀ ਇੱਕ ਪਾਸੇ ਦੇਖੋ ਤੇ ਅੱਜ ਤੇ 15 ਦੇ ਪਹਿਲਾਂ ਮੁੰਟਾਰਾ ਸਟੇਡੀਅਮ ਗੁਜਰਾ ਮਹਿਮਦਾਬਾਦ 'ਚ ਡੇਢ ਲੱਖ ਬੰਦਾ ਇਕੱਠਾ ਬੈਠਾ ਮੂੰਹ ਨਾਲ ਮੂੰਹ ਜੋੜੀ ਦੇ ਇੰਗਲੈਂਡ ਤੇ ਇੰਡੀਆ ਦਾ ਮੈਚ ਦੇਖ ਮੈਚ ਦੇ ਕੋਈ ਕੋਈ ਕਰੋਨਾ ਨਹੀਂ ਸੀ ਨਹੀਂ ਰੌਲਾ ਪਾਇਆ ਹੁਣ ਬੰਗਾਲ 'ਚ ਲੱਖ ਲੱਖ ਬੰਦੇ ਰੈਲੀ ਭਾਜਪਾਲੇ ਕਰਦੇ ਪਏ ਕੋਈ ਕਰੋਨਾ ਰੌਲਾ ਨਹੀਂ ਪਾਇਆ ਹੈਗਾ ਤੇ ਜਦੋਂ ਲੋਕਾਂ ਦੇ ਸੰਘਰਸ਼ਾਂ ਦੀ ਗੱਲਾਂ ਦੀ ਹੈ ਚਾਹ ਸ਼ਹੀਨ ਵਗਦਾ ਹੋਵੇ ਉਹ ਤੋੜਨਾ ਤਾਂ ਵੀ ਕਰੋਨਾ ਕਿਸਾਨਾਂ ਦਾ ਹੋਵੇ ਤਾਂ ਵੀ ਕਰੋਨਾ ਰੌਲਾ ਪਹਿਲਾਂ ਵੀ ਪਾਇਆ ਹੁਣ ਵੀ ਪਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਤਾਂ ਇਹਨਾਂ ਜਿਹੜਾ ਦੋਗਲੀ ਨੀਤੀ ਹੈਗੀ ਹੈ ਉਹ ਲੋਕਾਂ ਨੂੰ ਵੀ ਦਿਖ ਰਹੀ ਹੈ ਤੇ ਮੈਨੂੰ ਵੀ ਦਿਖ ਰਹੀ ਹੈਗੀ ਹੈ ਤੇ ਪਰ ਫਿਰ ਵੀ ਮੈਂ ਇੱਕ ਬਤੌਰ ਡਾਕਟਰ ਕਹੂੰਗਾ ਕਿ ਲੋਕਾਂ ਨੂੰ ਕਟੋ-ਕਟ ਮਾਸਕ ਪਾਣਾ ਚਾਹੀਦਾ ਹੈਗਾ ਨੰਬਰ 2 ਜਿਹੜੀ ਸਮਾਜਿਕ ਵਿਥ ਹੈਗੀ ਹੈ ਸਮਾਜਿਕ ਵਿਥ ਹੈ ਉਹ ਉਹ ਰੱਖਣੀ ਚਾਹੀਦੀ ਹੈ ਸਮਾਜਿਕ ਨਾਲੋ ਜਿਹੜੀ ਸਰੀਰਕ ਵਿੱਥ ਹੈਗੀ ਹੈ ਸਮਾਜਿਕ ਵਿੱਥ ਤਾਂ ਬਹੁਤ ਗਲਤ ਸ਼ਬਦ ਹੈਗਾ ਹਾਂਜੀ ਸੋਸ਼ਲ ਡਿਸਟੈਂਸ ਕਹਿੰਦੇ ਲੋਕਾਂ ਦੀ ਸਰੀਰਕ ਸ਼ਰੂਰੀਕ ਦੂਰੀ ਹੈਗੀ ਹੈ ਉਹ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਪ੍ਰੀਕਾਸ਼ਨ ਲੈਣੀਆਂ ਚਾਹੀਦੀਆਂ ਖਾਸ ਤੌਰ ਤੇ ਬਜ਼ੁਰਗਾਂ ਨੂੰ ਜਿਨ੍ਹਾਂ ਲੋਕਾਂ ਜਾਂ ਉਹਨਾਂ ਲੋਕਾਂ ਨੂੰ ਜਿਹਨੂੰ ਸ਼ੂਗਰ ਹੈਗੀ, ਹਾਰਟ ਅਟੈਕ ਹੈ, ਬਲੱਡ ਪ੍ਰੈਸ਼ਰ ਹੈ ਜਾਂ ਦਮੇ ਦੀ ਬਿਮਾਰੀ ਹੈ, ਸਾਹ ਦੀ ਬਿਮਾਰੀ ਹੈ, ਜਿਹੜੇ ਹਾਈ ਰਿਸਕ ਹੈਗੇ ਆ, ਉਹਨਾਂ ਨੂੰ ਬਚਾ ਵੀ ਰੱਖਣਾ ਚਾਹਤ ਜ਼ਿਆਦਾ ਚਾਹੀਦਾ, ਬਹੁਤਾ ਬਾਜ਼ਾਰਾਂ 'ਚ ਨਿਕਲਣਾ ਨਹੀਂ ਚਾਹੀਦਾ। ਜਿਹੜੇ ਨੌਜਵਾਨ ਨੇ, ਉਹਨਾਂ ਨੂੰ ਜੇ ਅੱਬਲ ਤਾਂ ਹੁੰਦਾ ਨਹੀਂ ਹੈਗਾ ਕਿਉਂਕਿ ਬੋਡੀ 'ਚ ਲੜਨ ਦੀ ਸ਼ਕਤੀ ਬਹੁਤ ਹੁੰਦੀ ਹੈ, ਜੇ ਹੋ ਵੀ ਜਾਵੇ ਤਾਂ ਉਹਨਾਂ ਨੂੰ ਸੀਰੀਅਸ ਨਹੀਂ ਹੁੰਦਾ ਹੈਗਾ। ਸੋ ਨੌਜਵਾਨ ਸਾਰੇ ਬਾਹਰ ਅੰਦਰ ਦੇ ਕੰਮ ਕਰ ਸਕਦੇ ਹੈਗੇ, ਪਰ ਜਿਹੜੇ ਬਜ਼ੁਰਗਾਂ ਨੂੰ ਤੇ ਬਿਮਾਰ ਬੰਦਿਆਂ ਨੂੰ ਉਹਨਾਂ ਨੂੰ ਥੋੜਾ ਬਚਾ ਕੇ ਚੱ ਦੁਬਾਰਾ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਦੇਖਾਂਗੇ ਕਿਉਂਕਿ ਲੋਕ ਜੋ ਤੁਹਾਡੇ ਚਾਉਣ ਵਾਲੇ ਨੇ ਉਹ ਕਹਿ ਰਹੇ ਨੇ ਕਿ ਡਾਕਟਰ ਗਾਂਧੀ ਜਿਹੇ ਇਮਾਨਦਾਰ ਚਿਹਰੇ ਦੀ ਸਾਨੂੰ ਜ਼ਰੂਰਤ ਹੈਗੀ ਆ ਪੰਜਾਬ ਨੂੰ ਜ਼ਰੂਰਤ ਹੈਗੀ ਦੇਖੋ ਇੱਕ ਕਸੂਲੀ ਤੌਰ ਤੇ ਵੀ ਨਾ ਜਿੰਨੀ ਮੇਰੀ ਹੁਣ ਉਮਰ ਹੈਗੀ ਹੈ ਔਰ ਜਿੰਨੇ ਫਿਜ਼ੀਕਲ ਸਿਹਤ ਦੇ ਹੈਂਡੀਕੈਪਸ ਹੈਗੇ ਆ ਮੇਰਾ ਨਹੀਂ ਖਿਆਲ ਕਿ ਮੈਨੂੰ ਹੁਣ ਸਰਗਰਮ ਸਿਆਸਤ ਵਿੱਚ ਪਾਰਲੀਮੈਂਟ ਸਿਆਸਤਸਾ ਲੈਣਾ ਚਾਹੀਦਾ ਪਰ ਹਾਂ ਮੈਂ ਸਿਆਸਤ ਦੇ ਵਿੱਚ ਰਹੂੰਗਾ ਬਾਜ ਬੱਚਿਆਂ ਨੂੰ ਤੁਹਾਨੂੰ ਲੜਾਵਾਂਗੇ ਬੱਚਿਆਂ ਨੂੰ ਲੜਾਵਾਂਗੇ ਆਪਣੇ ਬੱਚਿਆਂ ਨੂੰ ਨਹੀਂ ਪੰਜਾਬ ਦੇ ਬੱਚਾ ਹਾਂ ਲੀਡ ਕਰਾਂਗੇ ਰਾਤ ਰਾਤ ਜਿੰਨੀ ਆਪਣੇ ਕੋਲ ਗਿਆਨ ਹੈਗਾ ਉਹ ਵੰਡਣੇ ਹੀ ਕੁਸ਼ ਕਰਾਂਗੇ ਜੋ ਸਿਆਸੀ ਸੂਝ ਆ ਉਹ ਪੈਦਾ ਕਰਾਂਗੇ ਜੋ ਪੰਜਾਬ ਦੀਆਂ ਮੰਗਾਂ ਦੇ ਮਸਲੇ ਹੈਗੇ ਉਹਨਾਂ ਦੇ ਲੋਕਾਂ ਨੂੰ ਚੇਤਨ ਕਰਾਂਗੇ ਤੇ ਜੋ ਸਹੀ ਸਿਆਸਤ ਹੈ ਉਹਦਾ ਪੱਲਾ ਫੜਨੇ ਕੁ ਉਹਨਾਂ ਨੂੰ ਚ ਪ੍ਰੇਰਨਾ ਦੇਵਾਂਗੇ ਇਹ ਮੇਰਾ ਰੋਲ ਬਣਦਾ ਹੈਗਾ ਤੇ ਮੈਂ ਰੋਲ ਨਿਭਾਵਾਂਗਾ ਜੀ ਕਿਹੜੀ ਪਾਰਟੀ ਦੀ ਸਰਕਾਰ ਡਾਕਟਰ ਗਾਂਧੀ ਦੇਖ ਰਹੇ ਨੇ ਕਿ ਇਹ ਪਾਰਟੀ ਦੇ ਵੱਲ ਲੋਕਾਂ ਦਾ ਝਕਾਓ ਜਿਹੜਾ ਜ਼ਿਆਦਾ ਇਹ ਸਰਕਾਰ ਦੇ ਵਿੱਚ ਆ ਸਕਦੇ ਨੇ ਦੇਖਿਓ ਰਵਾਇਤੀ ਪਾਰਟੀਆਂ ਜੋ ਪੰਜਾਬ ਬਣ ਚੁੱਕੀਆਂ ਨੇ ਕਾਂਗਰਸ ਅਕਾਲੀ ਤੇ ਆਮਾਦੀ ਪਾਰਟੀ ਇਹਨਾਂ ਵੱਲ ਨਾ ਦਾ ਲੋਕਾਂ ਦਾ ਝਕਾਇਆ ਤੇ ਨਾ ਇਹ ਪਾਰਟੀਆਂ ਪੰਜਾਬ ਦੇ ਮਸਲੇ ਹੱਲ ਕਰ ਸਕਦੇ ਜਾਂ ਪੰਜਾਬ ਨੂੰ ਜਿੰਨੀ ਸੰਵੇਦਨ ਸਿਆਸ ਦੀ ਲੋੜ ਹੈਗੀ ਹੈ ਉਹ ਦੇ ਸਕਦੀਆਂ ਹੈਗੀਆਂ ਮੈਂ ਸਮਝਦਾ ਕਿ ਮੇਰੀ ਇੱਛਾ ਵੀ ਹੈਗੀ ਤੇ ਮੇਰੀ ਆਸ ਵੀ ਹੈਗੀ ਹੈ ਕਿ ਪੰਜਾਬ ਦੇ ਸੰਗਠਨ ਹੈਗੇ ਆ ਖਾਸ ਤੌਰ ਤੇ ਦੁਆਬੇ ਮਾਝੇ ਦੇਖਣਾ ਹੋਵੇ ਤਾਂ ਰਾਜੇਵਾਲ ਹੋਣੀ ਤੇ ਆਪਣਾ ਡੱਲੇਵਾਲ ਹੋਣੀ ਤੇ ਹਰਮੀਤ ਕਾਦੀਆਂ ਵਰਗਾ ਮਤਲਬ ਕਿਸਾਨ ਸੰਘਰਸ਼ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਕੋਈ ਹਰਮੀਤ ਕਾਦੀਆਂ ਵਗੈਰਾ ਇੱਕ ਇੱਕ ਮਤਲਬ ਥੇਰੇ ਬੰਦੀ ਹੈਗੀ ਹੈ ਦੂਜੀ ਥੇਰੇ ਬੰਦੀ ਹੈਗੀ ਹੈ ਕਿ ਜਿਹੜੀ ਆਪਣੇ ਰੁਲਦਾ ਸਿੰਘ ਮਾਨਸਾਵਰਾਂ ਵਾਲੀ ਲਿਬਰੇਸ਼ਨ ਵਾਲੀ ਜਾਂ ਮਤਲਬ ਨਾਲ ਜੁੜ ਕੇ ਆਪ ਕ੍ਰਾਂਤੀਕਾਰੀ ਵਾਲੇ ਜਾਂ ਉਰਾਹਾਂ ਵਾਲੇ ਜਿਨਾ ਚੇ ਇਹਨਾਂ ਦੇ ਆਪਣੇ ਮਤਭੇਦ ਬੇਕ ਸ਼ਾਸ ਕੋਲੀ ਦੋ ਦੋਤਾ 13 ਹਿੱਸਾ ਲੈਣੇ ਆ ਸਿਆਸ ਪਹਿਲਾਂ ਚੋਣਾ ਲੜਦੀ ਹੈਗੀਆ ਇੱਕ ਤਿਰਕ 23 ਚੋਣ ਨਹੀਂ ਲੜਦੀ ਸੋ ਮੈਂ ਸਮਝਦਾ ਉਹਨਾਂ ਨੂੰ ਵੀ ਇਸ ਚੋਣ ਮੈਦਾਨ ਚਾਣਾ ਚਾਹੀਦਾ ਤਾਂ ਕਿ ਜਿਹੜੀ ਆਪ ਕਿਸਾਨ ਸੰਘਰਸ਼ ਦਾ ਜੋ ਐਡਾ ਵੱਡਾ ਸੰਘਰਸ਼ ਹੈਗਾ ਇਹਦੇ ਨਾਲ ਸਿਆਸੀ ਲਹਾ ਹੈਗਾ ਉਹ ਕੋਈ ਹੋਰ ਨਾ ਖੱਟ ਜਵੇ ਕਟਕਟ ਜੇ ਲੋਕਾਂ ਦੇ ਪੱਕੀ ਨੁਮਾਇੰਦੇ ਆ ਲੋਕਾਂ ਕੋਲ ਲੜਦੇ ਰਹੇ 40 40 ਸਾਲ ਤੋਂ ਉਹੀ ਮਤਲਬ ਸਿਆਸੀ ਸਿਆਸਤ ਮੋਰੇ ਆਣ ਔਰ ਜਿਹੜੀ ਪੰਜ ਵਾਰ ਜਿਹੜੀ ਸਿਆਸਤ ਇਹਨਾਂ ਦੀ ਮਤਲਬ ਲੁਟੇਰੀ ਸਿਆਸਤ ਹੈ ਕਾਂਗਰਸ ਕਾ ਲੀਆ ਔਰ ਜਿਹੜੀ ਕੇ ਦੇਸ਼ ਦੇ ਕਿਸਾਨਾਂ ਦੇ ਨਾਮ ਡਾਕਟਰ ਗਾਂਧੀ ਦੇ ਇੱਕ ਛੋਟਾ ਜਿਹਾ ਸਨੇਹਾ ਦੇਖੋ ਜੀ ਉਹਨਾਂ ਨੇ ਬਹੁਤ ਹੀ ਇਤਿਹਾਸਿਕ ਕੰਮ ਪੂਰਾ ਕੀਤਾ ਹੈਗਾ ਜਿਸ ਦੇਸ਼ पे ਸਾਰਾ ਜਦੋਂ ਸਾਰਾ ਦੇਸ਼ ਸਹਿਮਿਆ ਹੋਇਆ ਸੀਗਾ ਪਰ ਕੇਂਦਰ ਸਰਕਾਰ ਦੇ ਧੱਕਿਆਂ ਦੇ ਖਿਲਾਫ ਉਹਨਾਂ ਦੇ ਮਤਲਬ ਜੋ ਹਮਲੇ ਸੀ ਉਹਨਾਂ ਖਿਲਾਫ ਸਾਰਾ ਮੁਲਕ ਅੱਜ ਪੰਜਾਬ ਵੱਲ ਦੇਖ ਰਿਹਾ ਹੈਗਾ ਕਿਸਾਨਾਂ ਵੱਲ ਦੇਖ ਰਿਹਾ ਹੈਗਾ ਤੇ ਉਹਨਾਂ ਨੇ ਇੱਕ ਇਤਿਹਾਸਿਕ ਕਾਰਜ ਪੂਰਾ ਕੀਤਾ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਉਹਨਾਂ ਨੇ ਇੰਨਾ ਚਰਕਸ਼ ਚੱਲਿਆ ਹੈਗਾ ਇਸ ਸੰਘਰਸ਼ ਨੂੰ ਆਪਣਾ ਉਹ ਆਪਣਾ ਬਲ ਦੇਣ ਅਸੀਂ ਇੱਕ ਸਾਰਕ ਸੰਘਰਸ਼ ਦੇ ਨਾਲ ਆ ਮੈਂ ਵੀ ਪੰਜ ਛੇ ਵਾਰ ਜਾ ਕੇ ਆਇਆ ਸਾਡੀ ਹੋਰ ਵੀ ਮਦਦ ਲੋੜੇ ਸਾਰਾ ਪੰਜਾਬ ਮਦਦ ਕਰਨ ਨੂੰ ਤਿਆਰ ਹੈਗਾ ਉਹਨਾਂ ਨੂੰ ਆਪਣੀ ਬੜੀ ਇੱਕ ਨੇਕੀ ਤੇ ਆਪਣੀ ਮਿਹਨਤ ਨਾਲ ਜੋ ਇਹ ਸੰਘਰਸ਼ ਸਿਰਜਿਆ ਹੈਗਾ ਇਹਦੀ ਕਿਸ ਤਰ੍ਹਾਂ ਵੀ ਪਿੱਠ ਨਾ ਲੱਗਣ ਦੇਣ ਔਰ ਜਿੰਨੇ ਵੀ ਮਤਲਬ ਇਹਨੂੰ ਜੋਤਨ ਹੈਗੇ ਸਰਕਾਰ ਦੇ ਹੋਣ ਚਾਹੇ ਸਰਕਾਰ ਤੋਂ ਬਾਹਰ ਬੈਠੇ ਕੁਝ ਹੋਰ ਲੋਕਾਂ ਦੇ ਹੋਣ ਉਹਨੂੰ ਨਾਕਾਮ ਆਬ ਕਰਦੇ ਹੋਏ ਇਸ ਸੰਘਰਸ਼ ਨੂੰ ਜਿੱਤ ਵੱਲ ਅੱਗੇ ਲੈ ਕੇ ਜਾਣ ਸਾਡੀ ਮੇਰੀ ਮੇਰੀ ਹਮਦਰਦੀ ਵੀ ਔਰ ਮੇਰੀਆਂ ਕੋਸ਼ਿਸ਼ਾਂ ਉਹਨਾਂ ਦੇ ਨਾਲ ਨੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਦੋਸਤੋ ਇਹ ਸਨ ਡਾਕਟਰ ਧਰਮਵੀਰ ਗਾਂਧੀ ਸਾਬਕਾ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਬਾਰੇ ਦੇਸ਼ ਦੀ ਸਿਆਸਤ ਬਾਰੇ ਸਾਡੇ ਨਾਲ ਖੁੱਲ ਕੇ ਵਿਚਾਰ ਚਰਚਾ ਕੀਤੀ ਤੇ ਇਹਨਾਂ ਨੇ ਕਿਹਾ ਕਿ ਆਉਣ ਵਾਲੀ 2022 ਦੀ ਇਲੈਕਸ਼ਨ ਦੇ ਵਿੱਚ ਡਾਕਟਰ ਗਾਂਧੀ ਲੀਡ ਕਰਕੇ ਨੌਜਵਾਨਾਂ ਨੂੰ ਜਿਹੜਾ ਸਿਆਸਤ ਦੇ ਵਿੱਚ ਲੈ ਕੇ ਆਉਣਗੇ ਜੋ ਆਪਣਾ ਗਿਆਨ ਇਹ ਵੰਡਣਗੇ ਤੇ ਇਹਨਾਂ ਨੇ ਕਰੋਨਾ ਕਰਕੇ ਵੀ ਸਰਕਾਰਾਂ ਦੇ ਉੱਪਰ ਨਿਸ਼ਾਨੇ ਸਾਧੇ ਕਿਸਾਨੀ ਸੰਘਰਸ਼ ਦੀ ਹਮਾਇਤ ਵੀ ਜਿਹੜੀ ਇਹਨਾਂ ਨੇ ਪੂਰੀ ਖੁੱਲ ਕੇ ਕੀਤੀ ਕਿ ਜਿੱਥੇ ਡਾਕਟਰ ਗਾਂਧੀ ਜੀ ਜ਼ਰੂਰਤ ਹੋਊਗੀ ਡਾਕਟਰ ਗਾਂਧੀ ਉੱਥੇ ਮੂਹਰੇ ਖੜੇ ਨਜ਼ਰ ਆਉਣਗੇ ਉਮੀਦ ਕਰਦੇ ਆ ਸਾਡੀ ਇਹ ਗੱਲਬਾਤ ਤੁਹਾਨੂੰ ਡਾਕਟਰ ਗਾਂਧੀ ਦੇ ਨਾਲ ਪਸੰਦ ਆਈ ਹੋਊਗੀ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਮੈਨੂੰ ਦਿਓ ਅੱਗੇ ਆ ਧੰਨਵਾਦ ਜੀ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ